ਰਾਵਣ ਸੜ ਕੇ ਪਰਤ ਗਈ ਭੀੜ ਸਾਰੀ ਤੇ ਚੌਥਾ ਕਰਨ ਵੀ ਕਿਸੇ ਨੇ ਆਉਣਾ ਨਹੀਂ। ਰਾਵਣ ਸੜ ਕੇ ਪਰਤ ਗਈ ਭੀੜ ਸਾਰੀ ਤੇ ਚੌਥਾ ਕਰਨ ਵੀ ਕਿਸੇ ਨੇ ਆਉਣਾ ਨਹੀਂ। ਜਿੱਤ ਨੇਕੀ ਦੀ ਹੋਈ ਬਰਿਆਈ ਉੱਤੇ ਜਿੱਦਾਂ ਪਾਪ ਕੋਈ ਕਿਸੇ ਕਮਾਉਣਾ ਨਹੀਂ। ਰਿਸ਼ਵਤ ਕਿਸੇ ਨਾ ਮੰਗਣੀ ਕਿਸੇ ਕੋਲੋਂ ਤੋਂ ਕੰਮ ਕਿਸੇ ਦਾ ਕਿਸੇ ਅਟਕਾਉਣਾ ਨਹੀਂ। ਕਰਨੀ ਕਿਸੇ ਨਾ ਕਰਨੀ ਕਿਸੇ ਨਾ ਕਦੇ ਵੀ ਟੈਕਸ ਚੋਰੀ ਤੇ ਫੜਿਆ ਚੋਰ ਕੋਈ ਕਿਸੇ ਛਡਾਉਣਾ ਨਹੀਂ। ਯਾਦ ਭਲਕ ਤੱਕ ਰਹਿਣਾ ਸੰਦੇਸ਼ ਵੀ ਨਹੀਂ ਤੇ ਕਿਸੇ ਜਪਣਾ ਕਿਸੇ ਜਪਾਵਣਾ ਨਹੀਂ। ਬਾਤ ਗਈ ਤਾਂ ਰਾਤ ਗਈ ਤਾਂ ਬਾਤ ਨਹੀਂ ਯਾਦ ਰਹਿੰਦੀ ਪਰ ਨੀਤਾਂ ਵਿੱਚੋਂ ਰਾਵਣ ਨੇ ਜਾਵਣਾ ਨਹੀਂ। ਨੀਤਾਂ ਵਿੱਚੋਂ ਰਾਵਣ ਨੇ ਜਾਵਣਾ ਨਹੀਂ। ਦੁਸਹਿਰੇ ਬਾਰੇ ਕਈਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਕਿ ਅੱਜ ਹੁਣ ਦੁਸਹਿਰਾ ਹੈਗਾ ਪੰਜਾਬ ਦੇ ਵਿੱਚ, ਨਿਬੜ ਲਿਆ ਕੰਮ, ਹੁਣ ਤਾਂ ਅਗਲਾ ਦਿਨ ਆ ਗਿਆ ਦੁਸਹਿਰੇ ਤੋਂ। ਇਹਨਾਂ ਲਾਈਨਾਂ ਦੀ ਸੱਚਾਈ ਜਿਹੜੀ ਵਾਕਿਆ ਹੈਗੀ ਹੈ ਵੀ ਅੱਜ ਅਸੀਂ ਦੁਸਹਿਰਾ ਦੇਖ ਕੇ ਆਉਂਦੇ ਹਾਂ, ਨੇਕੀ ਦੀ ਜਿਹੜੀ ਆ ਬਦੀ ਉੱਪਰ ਜਿੱਤ ਕਰ ਦਿੰਦੇ ਹਾਂ। ਕਰਦੇ ਕਰਾਉਂਦੇ ਪਤਾ ਨਹੀਂ ਕਿੰਨੇ ਸੌ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਇਹ ਚੀਜ਼ ਚੱਲਦੀ ਆਉਂਦੀ ਹੈ ਅਤੇ ਚੱਲਦੀ ਰਹਿਣੀ ਹੈ, ਚੱਲਦੀ ਜਾਣੀ ਹੈ। ਪਰ ਇਹਦੇ ਵਿੱਚ ਜਿਹੜੀ ਇੱਕ ਚੀਜ਼ ਐਤਕੀ ਥੋੜ੍ਹੀ ਜਿਹੀ ਖਾਸ ਮੈਨੂੰ ਚੰਗੀ ਲੱਗੀ, ਅਤੇ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਰਾਵਣ ਜਿਹੜਾ ਜੀ ਸਾਡਾ ਸਭ ਤੋਂ ਉੱਚਾ ਹੋਣਾ ਚਾਹੀਦਾ। ਮਤਲਬ ਜੇ ਪੰਜਾਬ ਦੀ ਗੱਲ ਕਰੀਏ, ਦੁਸਹਿਰੇ ਵਿੱਚ ਵੀ ਰਾਜਨੀਤੀ ਚੱਲਦੀ ਹੁੰਦੀ ਸੀ। ਅਕਾਲੀ ਕਹਿੰਦੇ ਸੀ ਸਾਡਾ ਰਾਵਣ ਉੱਚਾ ਹੋਣਾ ਚਾਹੀਦਾ, ਕਾਂਗਰਸੀ ਕਹਿੰਦੇ ਸਾਡਾ ਉੱਚਾ ਹੋਣਾ ਚਾਹੀਦਾ। ਅਸੀਂ ਇੱਕ ਵਾਰੀ ਕੋਟਕਪੂਰੇ ਗਏ ਪ੍ਰੋਗਰਾਮ 'ਤੇ ਅਤੇ ਅਸੀਂ ਪੁੱਛਿਆ ਵੀ ਆਪਣਾ ਜਿਨ੍ਹਾਂ ਦਾ ਪ੍ਰੋਗਰਾਮ ਬੁੱਕ ਸੀਗਾ, ਅਕਾਲੀਆਂ ਦਾ ਸੀ ਜਾਂ ਕਾਂਗਰਸ ਵਾਲਿਆਂ ਦਾ ਸੀ, ਇਹ ਅਸੀਂ ਪੁੱਛਿਆ ਵੀ ਆਪਣਾ ਆ ਜਿਹੜਾ ਬੱਸ ਅੱਡੇ ਕੋਲ ਆ ਇੱਥੇ ਹੀ ਆ ਆਪਣਾ ਮੇਲਾ? ਉਹ ਕਹਿੰਦੇ ਨਹੀਂ 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 ਇਹ ਤਾਂ ਦੂਜਿਆਂ ਦਾ, ਇਹਨਾਂ ਦਾ ਰਾਵਣ ਛੋਟਾ ਜਿਹਾ, ਆਪਣਾ ਰਾਵਣ ਵੱਡਾ, ਅੱਗੇ ਆ ਜਾਓ ਇਸੇ ਰੂਟ 'ਤੇ ਅੱਗੇ ਆਪਣਾ। ਖੈਰ, ਰਾਵਣ ਦੀਆਂ ਦੁਸਹਿਰੇ ਦੀਆਂ ਗੱਲਾਂ ਬਾਤਾਂ ਬੜੀਆਂ ਚਿਰਾਂ ਤੋਂ ਚੱਲੀਆਂ ਉਹਦੀਆਂ, ਬੜੀਆਂ ਚਿਰਾਂ ਤੋਂ ਸੁਣਦੇ ਆ ਰਹੇ ਹਾਂ, ਕਰਦੇ ਆ ਰਹੇ ਹਾਂ। ਅੱਜ ਵੀ ਜ਼ਰੂਰ ਕਰਾਂਗੇ, ਕੋਸ਼ਿਸ਼ ਕਰਾਂਗੇ ਥੋੜ੍ਹੇ ਵੱਖਰੇ ਤਰੀਕੇ ਦੇ ਨਾਲ ਅੱਜ ਜ਼ਿਕਰ ਜਿਹੜਾ ਦੁਸਹਿਰੇ ਦਾ ਤੁਹਾਡੇ ਨਾਲ ਕਰੀਏ। ਪਰ ਨਾਲ ਦੀ ਨਾਲ ਜੇ ਗੱਲ ਕਰੀਏ ਉਸ ਤੋਂ ਪਹਿਲਾਂ ਉੱਡਦੀਆਂ ਖਬਰਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈਗਾ। ਖਬਰਾਂ ਵੀ ਉਹ ਜਿਹੜੀਆਂ ਕਿ ਲੱਗਦੀਆਂ ਸਾਨੂੰ ਕਿ ਨਹੀਂ ਯਾਰ ਸੱਚ ਨਹੀਂ ਹੋਣੀਆਂ ਇਹ, ਪਰ ਹੁੰਦੀਆਂ ਇਹ ਸੱਚ ਹੀ ਆ। ਚਲੋ, ਉੱਡਦੀਆਂ ਖਬਰਾਂ ਕਹਿ ਲਓ ਇਹਨੂੰ, ਚਾਹੇ ਦੁਨੀਆ ਰੰਗ ਬਿਰੰਗੀ ਕਹਿ ਲਓ, ਕੁਛ ਕਹਿ ਲਓ, ਮੁੱਕਦੀ ਗੱਲ ਇਹ ਹੈ ਜੀ ਆਪਾਂ ਜਿਹੜਾ ਇੱਕ ਘੰਟੇ ਦਾ ਸਮਾਂ ਉਹ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਗੁਜ਼ਾਰਨ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਹੈ। ਪਹਿਲੀ ਖਬਰ ਜਿਹੜੀ ਹੈ ਉਹ ਆਪਾਂ ਇਹ ਲੈਂਦੇ ਹਾਂ, ਭਾਰਤ ਦੀ ਖਬਰ ਹੈ ਜੀ, ਮੇਰੇ ਭਾਰਤ ਮਹਾਨ ਦੀ। ਅਤੇ ਕਹਿੰਦੇ ਜੀ ਪਿਆਜ਼ ਦੇ ਭਾਅ ਜਿਹੜੇ ਆ ਉਹ ਅਸਮਾਨੀ ਚੜ੍ਹੇ ਆ ਅਤੇ ਲੋਕ ਜਿਹੜੇ ਉਹ ਧਰਤੀ 'ਤੇ ਖੜ੍ਹੇ ਆ। ਪਿਆਜ਼ ਜਿਹੜਾ ਅਸਮਾਨ ਨਾਲ ਗੱਲਾਂ ਕਰ ਰਿਹਾ, ਅਸਮਾਨ ਅੱਗੋਂ ਜਵਾਬ ਹੀ ਨਹੀਂ ਦਿੰਦਾ। ਪਿਆਜ਼ ਇੱਕ ਵਾਰ ਫਿਰ, ਪਹਿਲਾਂ ਇਹ ਕਹਿੰਦੇ ਹੁੰਦੇ ਸੀ 12 ਸਾਲੀ ਰੂੜੀ ਦੀ ਸੁਣੀ ਗਈ ਹੈ, ਸੁਣੀ ਜਾਂਦੀ ਹੈ ਅਤੇ, ਪਰ ਅੱਜ ਹੁਣ ਮੈਨੂੰ ਤਾਂ ਲੱਗਦਾ 2 ਸਾਲਾਂ ਬਾਅਦ ਹੀ ਪਿਆਜ਼ ਦੀ ਫਿਰ ਸੁਣੀ ਗਈ। ਪਹਿਲਾਂ ਪਿਆਜ਼ ਮਹਿੰਗਾ ਹੋਇਆ ਸੀ, ਬੜਾ ਬਹੁਤ ਮਹਿੰਗਾ ਪੰਜਾਬ ਦੇ ਵਿੱਚ ਹੋਇਆ ਸੀ ਅਤੇ ਉਦੋਂ ਵੀ ਪੰਜਾਬ ਦੀ ਇਹ ਹਾਲਾਤ ਸੀਗੇ, ਪੰਜਾਬ ਦੇ ਵਿੱਚ ਵੀ ਪਿਆਜ਼ ਮਹਿੰਗਾ, ਪਿਆਜ਼ ਬਾਰੇ ਗੱਲਾਂ ਬਾਤਾਂ ਜੋ ਮੀਡੀਆ ਦੇ ਉੱਪਰ ਆਉਂਦੀਆਂ, ਲੋਕ ਇੱਕ ਦੂਜੇ ਨੂੰ ਪਿਆਜ਼ ਬਾਰੇ, ਪਿਆਜ਼ਾਂ ਦੇ ਗੱਲਾਂ, ਮਤਲਬ ਇਹੋ ਜਿਹੇ ਜੋਕ ਆਉਂਦੇ ਸੀ ਪਿਆਜ਼ਾਂ ਬਾਰੇ, ਇਹੋ ਜਿਹੀਆਂ ਗੱਲਾਂ ਜਿਹੜੀਆਂ ਦੇਖਣ ਸੁਣਨ ਨੂੰ ਮਿਲਦੀਆਂ ਸੀ, ਉਦੋਂ ਵੀ ਹੁਣ ਫਿਰ ਉਹੀ ਮਿਲਦੀਆਂ। ਹੁਣ ਥੋੜ੍ਹੀਆਂ ਵੱਧ ਇਸ ਕਰਕੇ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਚੱਕੀ ਜਾਂਦੀਆਂ। ਲੋਕਾਂ ਦਾ ਸਭ ਤੋਂ ਪਹਿਲਾ ਕੰਮ ਇਹ ਹੈ, ਕੁਝ ਕੁ ਲੋਕਾਂ ਦਾ ਵੀ ਕੋਈ ਗੱਲ ਹੋਵੇ ਨਾ ਹੋਵੇ ਤਾਂ ਉਹਦੀ ਟਿਕਟੋਕ ਟਾਈਪ ਜੀ ਇੱਕ ਹੁੰਦੀ, ਉਹ ਬਣਾ ਕੇ ਤਾਂ ਪਿਆਜ਼ਾਂ ਦੀ ਪਾ ਦਿਓ। ਕਿਸੇ ਨੇ ਤਜੋਰੀ 'ਚ ਰੱਖੇ ਆ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਮਤਲਬ ਗਨਮੈਨ ਬਿਠਾ ਰੱਖੇ ਪਿਆਜ਼ਾਂ ਦੇ, ਇੱਕ ਕਿਸੇ ਨੇ ਪਾਇਆ ਵੀਡੀਓ ਕਰਕੇ, ਉਹ ਚੋਰੀ ਕਰਨ ਗਏ ਚੋਰ ਅਤੇ ਉੱਥੇ ਇੱਕ ਪੈਸਿਆਂ ਦੀ ਪਈ ਸੀ ਕਾਫੀ ਗੱਡੀ ਮੋਟੀ ਅਤੇ ਨਾਲ ਸੋਨਾ ਸੋਨਾ ਪਿਆ ਸੀਗਾ, ਉਹ ਛੱਡ ਆਏ ਅਤੇ ਪਿਆਜ਼ਾਂ ਦੀ ਬੋਰੀ ਲੈ ਗਏ। ਪਹਿਲਾਂ ਵੀ ਪਿਛਲੀ ਵਾਰ ਵੀ ਜੋਕ ਸਾਂਝਾ ਕੀਤਾ ਸੀ ਤੁਹਾਡੇ ਨਾਲ ਅਤੇ ਹੁਣ ਵੀ ਕਰਨੇ ਪਿਆਜ਼ਾਂ ਬਾਰੇ ਜੋਕ ਛੋਟਾ ਜਿਹਾ ਹੈਗਾ। ਇੱਕ ਜਨਾਨੀ ਘਰ ਆਈ ਅਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਬਈ ਮੈਂ 5 ਰੁਪਈਆਂ ਦੇ 5 ਪਿਆਜ਼ ਲੈ ਆਈ। ਉਹ ਕਹਿੰਦਾ ਭਗਵਾਨ ਨੇ 5 ਦੇ 5 ਪਿਆਜ਼ ਕਿੱਥੋਂ ਆ ਗਏ? ਪਿਆਜ਼ ਤਾਂ 5 ਦੇ 3 ਮਸੀ ਆਉਂਦੇ ਆ, ਵੱਡੇ ਹੋਣ ਉਹ ਵੀ 3 ਹੀ ਆਉਂਦੇ, 2 ਹੀ ਆਉਂਦੇ ਆ, ਤਾਂ ਤੂੰ 5 ਦੇ 5 ਪਿਆਜ਼ ਕਿਵੇਂ ਲਈ? ਨਹੀਂ ਕਹਿੰਦੀ ਉਹਨੇ 5 ਦੇ 3 ਹੀ ਦਿੱਤੇ ਸੀ ਪਿਆਜ਼, ਤਾਂ ਮੈਂ ਅਸਲ 'ਚ ਮਲਕ ਦੇ ਨਹੀਂ ਪੈਸੇ ਦੇ ਕੇ ਨਾ ਜਦੋਂ ਤੁਰਨ ਲੱਗੀ ਤਾਂ 1 ਪਿਆਜ਼ ਮੈਂ ਹੋਰ ਚੱਕ ਕੇ ਭੱਜ ਆਈ। ਚੱਲ, ਉਹ ਕਹਿੰਦਾ ਇਹ 4 ਹੋ ਗਏ ਅਤੇ 5ਵਾਂ
ਪੰਜਵਾਂ ਕਹਿੰਦੀ ਫਿਰ ਉਹਨੇ ਜਿਹੜੇ ਪਿਆਜ਼ਾਂ ਦੀ ਰੇਹੜੀ ਵਾਲੇ ਨੇ ਮੇਰੇ ਮਾਰਿਆ ਪਿੱਛੇ ਵਗਾਤਾ, ਠੀਕ ਹੈ, ਗੁੱਸੇ ਦੇ ਵਿੱਚ, ਅਤੇ ਮੈਂ ਉਹ ਵੀ ਚੱਕ ਕੇ ਲੈ ਆਈ। ਸੋ ਪਿਆਜ਼ਾਂ ਦੇ ਹਾਲਾਤ ਇੱਕ ਵਾਰ ਫਿਰ ਜਿਹੜੇ ਆ, ਦਿਵਾਲੀ ਜਿਹੜੀ ਆ, ਦੁਸਹਿਰਾ ਜਿਹੜਾ, ਉਹ ਮੇਰੇ ਖਿਆਲ ਪਿਆਜ਼ਾਂ ਦੀ ਭੇਟ ਚੜ੍ਹਨਾ ਹੈ। ਔਰ ਲੋਕ ਇਹ ਅੱਜ ਕੱਲ੍ਹ ਫਿਰ ਇੱਕ ਵਾਰ ਹੋ ਗਿਆ ਕਿ ਪਹਿਲਾਂ ਸੇਬ ਸੰਤਰੇ ਲੈ ਕੇ ਜਾਂਦੇ ਸੀ ਦਿਵਾਲੀ 'ਤੇ, ਮਿਠਾਈਆਂ ਲੈ ਕੇ ਜਾਂਦੇ ਸੀ, ਅਤੇ ਅੱਜ ਕੱਲ੍ਹ ਮੇਰੇ ਖਿਆਲ ਫਿਰ ਪਿਆਜ਼ ਜਿਹੜੇ ਆ ਉਹ ਲੈ ਕੇ ਜਾਣਗੇ ਡੱਬਿਆਂ ਦੇ ਵਿੱਚ ਪਾ ਕੇ। ਉਹ ਵੀ ਬੜੀਆਂ ਗੱਲਾਂ ਬਣੀਆਂ, ਬੜੇ ਡਾਇਲਗ ਬਣਤੇ ਕਿ ਜਿਨਕੇ ਘਰ ਪਿਆਜ ਕੇ ਸਲਾਦ ਹੋਤੇ ਹੈ ਵੋ ਬੱਤੀ ਬੁਝਾ ਕਰ ਖਾਣਾ ਖਾਤੇ ਹੈ ਤਾਂ ਕਿ ਨਜ਼ਰ ਨਾ ਲੱਗ ਜਾਏ। ਸੋ ਚਲੋ ਪਿਆਜ ਦੀਆਂ ਗੱਲਾਂ ਮਤ ਛੱਡੋ, ਚੱਲਦੇ ਹਾਂ ਜੀ ਅੱਗੇ। ਇੱਕ ਹੋਰ ਹਿੰਦੀ ਭਾਸ਼ਾ ਦਾ ਵਿਵਾਦ ਜਿਹੜਾ ਸ਼ੁਰੂ ਹੋਇਆ ਸੀ, ਅਤੇ ਉਦੋਂ ਬਾਅਦ ਮੋਦੀ ਸਾਹਿਬ ਗਏ ਸੀ ਤਾਮਿਲਨਾਡੂ, ਤੋਂ ਉੱਥੇ ਉਹਨਾਂ ਨੇ ਤਾਮਿਲ ਭਾਸ਼ਾ ਦੀਆਂ ਤਾਰੀਫਾਂ ਕੀਤੀਆਂ ਕਿ ਤਾਮਿਲ ਬੋਲੀ ਜਿਹੜੀ ਬਹੁਤ ਵਧੀਆ ਬੋਲੀ ਹੈ। ਬੋਲੀ ਇਹਨਾਂ ਨੇ ਹਿੰਦੀ ਸੀ, ਪੰਜਾਬ ਤਾਮਿਲ ਨਹੀਂ ਬੋਲੀ, ਵੀ ਹਿੰਦੀ ਦੇ ਵਿੱਚ ਕਿਹਾ ਵੀ ਬਹੁਤ ਵਧੀਆ ਤਾਮਿਲ ਬੋਲੀ ਆ, ਆਪਣੀ ਮਾਤਰ ਭਾਸ਼ਾ ਜਿਹੜੀ ਯਾਦ ਰੱਖਣੀ ਚਾਹੀਦੀ। ਇੱਥੇ ਬਾਹਰ ਜਦੋਂ ਆਏ ਸੀ ਅਮੈਰੀਕਾ ਦੇ ਵਿੱਚ, ਇੱਥੇ ਟਰੰਪ ਸਾਹਿਬ ਦੇ ਨਾਲ, ਉਦੋਂ ਵੀ ਇਹਨਾਂ ਨੇ ਕਿਹਾ ਸੀ ਵੀ ਮਾਤਰ ਭਾਸ਼ਾ ਜਿਹੜੀ ਉਹ ਯਾਦ ਰੱਖਣੀ ਚਾਹੀਦੀ, ਭੁੱਲਣੀ ਚਾਹੀਦੀ ਬੰਦੇ ਨੂੰ। ਇਹ ਸਮਝ ਨਹੀਂ ਆਉਂਦੀ ਇਹਨਾਂ ਦੀ, ਬੀਜੇਪੀ ਵਾਲਿਆਂ ਦੀ, ਇਹਦਾ ਮਤਲਬ ਤਾਂ ਉਹੀ ਹੋ ਗਿਆ ਵੀ ਗੰਗਾ ਗਏ ਤਾਂ ਗੰਗਾ ਰਾਮ, ਅਤੇ ਜਮੁਨਾ ਗਏ ਤਾਂ ਜਮੁਨਾ ਰਾਮ, ਜਿੱਥੇ ਗਏ ਤਾਂ ਉੱਥੋਂ ਦੀ ਗੱਲਬਾਤ ਜਿਹੜੀ ਹੈ ਉਹ ਫਟਾਫਟ ਕਰੋ। ਪਰ ਇਹ ਸਮਝ ਨਹੀਂ ਆਉਂਦੀ ਵੀ ਕਹਿਣਾ ਕੀ ਚਾਹੁੰਦੇ ਲੀਡਰਾਂ ਦੀ, ਵੈਸੇ ਤਾਂ ਦੇਖਿਆ ਜਾਵੇ ਤਾਂ ਅੱਜ ਤੱਕ ਸਮਝ ਨਹੀਂ ਆਈ, ਤਾਂ ਹੁਣ ਇਹਨਾਂ ਦੀ ਹੁਣ ਕਿੱਥੋਂ ਆਉਣੀ ਹੈ ਲੀਡਰਾਂ ਦੀ ਗੱਲ ਦੀ ਸਮਝ, ਕਿਹੜੇ ਵੇਲੇ ਗਿਰਗਟ ਵਾਂਗੂ ਇਹ ਰੰਗ ਬਦਲ ਜਾਂਦੇ ਆ ਅਤੇ ਕਿਹੜੇ ਵੇਲੇ ਪਾਸਾ ਬਦਲ ਜਾਂਦੇ, ਇਹਨਾਂ ਦਾ ਕੋਈ ਨਹੀਂ ਪਤਾ। ਚਲੋ ਖੈਰ, ਲਓ ਜੀ, ਕੈਪਟਨ ਸਾਹਿਬ ਨੇ ਕਿਹਾ ਕਿ ਜੇ ਲੋੜ ਪਈ ਤਾਂ ਅਗਲੀਆਂ ਚੋਣਾਂ ਵੀ ਲੜੂੰਗਾ। ਪਤੰਦਰ ਨੇ ਪਹਿਲੀਆਂ ਹਾੜੇ ਪਾ ਪਾ ਕੇ, ਮੇਰੀਆਂ ਆਖਰੀ ਚੋਣਾਂ, ਮੇਰੀਆਂ ਆਖਰੀ ਚੋਣਾਂ, ਮੈਨੂੰ ਬਣਾ ਦਿਓ ਮੁੱਖ ਮੰਤਰੀ, ਬਣਾ ਦਿਓ ਆਖਰੀ ਚੋਣਾਂ, ਅਤੇ ਉਹ ਜਿੱਤਣੀ ਹੈ, ਅਤੇ ਹੁਣ ਜਦੋਂ ਬਣ ਗਿਆ ਤਾਂ ਹੁਣ ਕਹਿੰਦਾ ਫੇਰ ਬਣੂੰਗਾ। ਮੈਨੂੰ ਲੱਗਦਾ ਵੀ ਇਹ ਕਹਿੰਦਾ ਵੀ ਮੈਂ ਲੋੜ ਪਈ ਤਾਂ ਨਹੀਂ, ਵੀ ਜੇ ਅਗਲੀ ਵਾਰ ਵੀ ਮੈਨੂੰ ਮੁੱਖ ਮੰਤਰੀ ਡਿਕਲੇਅਰ ਕਰਦੇ ਹੋ ਕਾਂਗਰਸ ਵਾਲੇ ਹੋ, ਤਾਂ ਮੈਂ ਫਿਰ ਚੋਣਾਂ ਲੜ ਸਕਦਾ। ਇੱਦਾਂ ਹੀ ਬਾਦਲ ਸਾਹਿਬ ਸੀਗੇ, ਮੇਰੀ ਆਖਰੀ ਚੋਣ ਹੈ, ਆਖਰੀ ਚੋਣ ਹੈ, ਬਸ ਜਿਤਾ ਦਿਓ ਜਿਤਾ ਦਿਓ ਜਿਤਾ ਦਿਓ। ਸੁਖਬੀਰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸੀਗੇ ਵੀ ਆਖਰੀ ਵਾਰ ਇਹਨਾਂ ਨੂੰ ਮੁੱਖ ਮੰਤਰੀ ਬਣਾ ਦਿਓ। ਇਹ ਤਾਂ ਮਤਲਬ ਇਹੀ ਆ ਵੀ ਦਾਰੂ ਪੀ ਕੇ ਮਿੱਤਰਾਂ ਨੇ ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਕੈਪਟਨ ਸਾਹਿਬ ਦੀ ਡਾਂਗ ਜਿਹੜੀ ਵੈਸੇ ਹੀ ਬਥੇਰੀ ਖੜਕਦੀ ਹੈ, ਅਤੇ ਜੇ ਦੁਬਾਰਾ ਮੁੱਖ ਮੰਤਰੀ ਬਣ ਗਏ, ਮੁੱਖ ਮੰਤਰੀ ਤਾਂ ਚਲੋ ਹੁਣ ਪਤਾ ਨਹੀਂ ਇਹੋ ਜਿਹੇ ਹਾਲਾਤ ਲੱਗਦੇ ਨੇ, ਕੌਣ ਬਣਦਾ ਕੌਣ ਨਹੀਂ ਬਣਦਾ, ਅਤੇ ਪਰ ਇਹਦੇ 'ਚ ਇਹ ਜ਼ਰੂਰ ਹੈ ਕਿ ਲੀਡਰਾਂ ਦਾ ਕੋਈ ਪਤਾ ਨਹੀਂ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਚਲੋ ਛੱਡੋ, ਲਓ ਜੀ, ਆਪਾਂ ਖਬਰਾਂ ਥੋੜ੍ਹੀਆਂ ਜਿਹੀਆਂ ਇੰਟਰਨੈਸ਼ਨਲ ਖਬਰਾਂ ਵਾਲੇ ਪਾਸੇ ਚੱਲਦੇ ਹਾਂ। ਐਵੇਂ ਕਾਹਨੂੰ ਐਵੇਂ ਪੰਜਾਬ ਦੇ ਉਹੀ ਖਬਰਾਂ, ਉਹੀ ਲੀਡਰਾਂ ਦੀਆਂ ਗੱਲਾਂ ਬਾਤਾਂ ਹੈਗੀਆਂ। ਚਲੋ, ਅਮਰੀਕਾ ਦੇ ਸਾਇੰਸਦਾਨ ਨੇ ਖੋਜ ਕੀਤੀ ਹੈ ਜੀ, ਖੋਜ ਕੀਤੀ ਹੈ ਵੀ ਟੀਕੇ ਦੀ ਜਗ੍ਹਾ ਇੱਕ ਪੱਟੀ ਐਸੀ ਤਿਆਰ ਕੀਤੀ ਹੈ ਜਿਹਦੇ 'ਚ ਨਿੱਕੀਆਂ ਨਿੱਕੀਆਂ ਸੂਈਆਂ ਲੱਗੀਆਂ ਹੁੰਦੀਆਂ, ਅਤੇ ਉਹ ਟੀਕਾ ਜਿੱਦਾਂ ਇੱਥੇ ਆਪਾਂ ਲਾਉਣਾ, ਅਤੇ ਉਹ ਕਹਿੰਦੇ ਵੀ ਪੱਟੀ ਇੱਦਾਂ ਲਾ ਲਓ ਆਰਾਮ ਨਾਲ, ਅਤੇ ਲੱਗ ਜਾਂਦੀ ਹੈ, ਅਤੇ ਉਹ ਫਿਰ ਆਪੇ ਜਿਹੜੀਆਂ ਨਿੱਕੀਆਂ ਨਿੱਕੀਆਂ ਸੂਈਆਂ ਹੈਗੀਆਂ ਵੀ ਜਦੋਂ ਜਿਹਨੂੰ ਨਾੜ ਲੱਭਦੀ ਹੈ ਅਤੇ ਉਹਦੇ 'ਚੋਂ ਫਿਰ ਦਵਾਈ ਉਹਦੇ ਅੰਦਰ ਚਲ ਜਾਂਦੀ। ਬੜੀ ਚੰਗੀ ਗੱਲ ਹੈ, ਦੁੱਖ ਵੀ ਨਹੀਂ ਲੱਗਦਾ, ਕਹਿੰਦੇ ਇਹਨਾਂ। ਉਹ ਕਹਿੰਦੇ ਨਾ ਵੀ ਕਹਾਵਤ ਹੈ ਇੱਕ ਵੀ ਈਦ ਪਿੱਛੋਂ ਤੰਬਾ ਫੂਕਣਾ, ਇਹੋ ਜਿਹੀ ਕਹਾਵਤ, ਇਹਦਾ ਮਤਲਬ ਨਹੀਂ ਮੈਨੂੰ ਹਜੇ ਪਤਾ ਲੱਗਾ ਵੀ ਈਦ ਪਿੱਛੋਂ ਤੰਬਾ ਫੂਕਣਾ ਕਿਉਂ ਕਹਿੰਦੇ ਨੇ, ਵੀ ਉਹੀ ਗੱਲ ਹੋ ਗਈ। ਹੁਣ ਇਹ ਕਾਢਾਂ ਕੱਢਤੀਆਂ, ਸਾਡੇ ਵਾਰੀ ਜਦੋਂ ਸੀ ਉਦੋਂ ਕਿੱਥੇ ਗਈਆਂ ਸੀ ਵੀ ਇਹ ਕਾਢਾਂ, ਸਾਡੇ ਤਾਂ ਹੁਣ ਐਡੇ ਐਡੇ ਸੋਇਆਂ ਵਾਲੇ ਟੀਕੇ ਉਦੋਂ ਹੁੰਦੇ ਸੀਗੇ, ਮੈਂ ਕਹਿੰਦਾ ਪੁੱਛੋ ਨਾ, ਐਡੇ ਦੇਖ ਕੇ ਡਰ ਲੱਗਦਾ ਸੀ ਟੀਕੇ ਵਾਲੇ, ਦੇਖ ਕੇ ਸੁਣ ਕੇ ਡਰ ਲੱਗਦਾ ਸੀ ਵੀ ਐਡੇ ਐਡੇ ਟੀਕੇ ਹੁੰਦੇ ਸੀਗੇ। ਔਰ ਟੀਕਿਆਂ ਤੋਂ ਇਲਾਵਾ ਜਿਵੇਂ ਹੁਣ ਬਾਕੀ ਲੋਕਾਂ ਦਾ ਨਾ ਪਾਸਪੋਰਟ ਦੇਖਦੇ ਨੇ, ਆਈਡੀ ਦੇਖਦੇ ਨੇ ਜਦੋਂ ਅਸੀਂ ਜਾਂਦੇ ਏਅਰਪੋਰਟ 'ਤੇ ਕਿਤੇ, ਅਤੇ ਆਪਣੇ ਤਾਂ ਭੰਮੀਰੀ ਵਾਲਾ ਟੀਕਾ ਦੇਖਦੇ ਹੁੰਦੇ ਇੱਥੇ, ਮਤਲਬ ਭਾਰਤ ਵਾਲੇ ਬੰਦੇ ਆ ਕਹਿੰਦੇ ਵੀ ਇੱਧਰਲੇ ਪਾਸਪੋਰਟ ਵੀ ਗਵਾ ਜਾਏ, ਕੁਛ ਹੋ ਜਾਏ ਕੁਛ ਹੋ ਜਾਏ, ਤਾਂ ਉਹਨਾਂ ਨੇ ਜੇ ਪਛਾਣਨਾ ਹੋਵੇ ਨਾ ਜੀ, ਤਾਂ ਉਹ ਇੱਥੋਂ ਲੋਧੇ ਤੋਂ ਪਛਾਣਦੇ ਨੇ ਵੀ ਲੋਧਾ ਲੱਗਿਆ ਹੋਇਆ ਤੇ ਚੱਲ ਵੀ ਭਾਰਤੀ ਆ ਇਹ, ਚਲੋ ਰਿਪੋਰਟ ਕਰੋ। ਸੋ ਇਹ ਹੁਣ ਐਡੇ ਹੋ ਗਏ। ਚਲੋ, ਇਦੂ ਇਲਾਵਾ ਜਿਹੜੀਆਂ ਨਰਸਾਂ ਹੁੰਦੀਆਂ ਸੀ ਟੀਕਾ ਲਾਉਣ ਵਾਲੀਆਂ, ਖਾਸ ਤੌਰ 'ਤੇ ਸਰਕਾਰੀ ਹਸਪਤਾਲ ਦੀਆਂ, ਉਹਨਾਂ ਦੀ ਕਮਾਲ ਹੀ ਹੁੰਦੀ ਸੀ। ਉਹਨਾਂ ਦੀ ਕਮਾਲ ਇੱਦਾਂ ਹੁੰਦੀ ਸੀ ਵੀ ਉਨਾ ਦੁੱਖ ਟੀਕੇ ਦਾ ਨਹੀਂ ਲੱਗਦਾ ਸੀ ਜਿੰਨਾ ਪਹਿਲਾਂ ਉਹ ਨਾੜ ਲੱਭਣ ਵੇਲੇ 45 ਮਿੰਟ ਬਾਂਹ 'ਤੇ ਚਪੇੜਾ ਮਾਰ ਮਾਰ ਕੇ, ਚਪੇੜਾ ਮਾਰ ਮਾਰ ਕੇ ਬਾਂਹ ਲਾਲ ਕਰ ਦਿੰਦੀਆਂ ਸੀ, ਫਿਰ ਉਹਨਾਂ ਨੂੰ ਜਾ ਕੇ ਉਹ ਨਾੜ ਲੱਭਦੀ ਜਿਹ 'ਚ ਉਹਨਾਂ ਨੇ ਟੀਕਾ ਲਾਉਣਾ ਹੁੰਦਾ ਸੀ, ਅਤੇ ਟੀਕਾ ਵੀ ਫਿਰ ਉਹ ਗੱਲਾਂ ਕਰਦੀਆਂ ਕਰਦੀਆਂ ਆਪਸ ਵਿੱਚ ਲਾਉਂਦੇ, ਮਰੀਜ਼ ਦਾ ਕੋਈ ਧਿਆਨ ਨਹੀਂ ਹੁੰਦਾ ਸੀ। ਚਲੋ, ਚੰਗੀ ਗੱਲ ਕੀਤੀ ਅਮਰੀਕਾ ਵਾਲਿਆਂ ਨੇ ਵੀ, ਜਿਹੜੇ ਨਿਆਣੇ ਬਾਹਲੇ ਟੀਕੇ ਤੋਂ ਡਰਦੇ ਨੇ, ਬਹੁਤ ਜ਼ਿਆਦਾ ਡਰਦੇ ਨੇ ਕਈ ਨਿਆਣੇ ਟੀਕੇ ਤੋਂ,
ਅਤੇ ਉਹਨਾਂ ਵਾਸਤੇ ਇਹ ਚੰਗੀ ਚੀਜ਼ ਜਿਹੜੀ ਹੈਗੀ ਆ ਔਰ ਟੀਕੇ 'ਤੇ ਅਸੀਂ ਦੇਖੀਏ ਇੱਕ ਦਿਨ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ, ਨਿਆਣਾ ਟੀਕਾ ਡਾਕਟਰ ਲੈ ਕੇ ਖੜ੍ਹਾ ਅਤੇ ਨਿਆਣਾ ਜਿਉਂ ਚੀਕਾਂ ਮਾਰਿਆ, ਜਿਉਂ ਡਾਕਟਰ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਵੀ ਤੂੰ ਮੇਰਾ ਟੀਕਾ ਲਾ ਰਿਹਾ ਤਾਂ ਤੈਨੂੰ ਐਂ ਜਿਉਂ ਐਂ, ਚਲੋ ਇੱਕ ਉਹ ਵੀ ਸੀਗਾ, ਉਹ ਪੰਜਾਬ ਦਾ ਸੀ ਜਿਹੜਾ ਗਾਲਾਂ ਵਾਲਾ, ਪੰਜਾਬ ਦਾ ਜਵਾਕ ਸੀਗਾ, ਉਹ ਬਾਹਰਲਾ ਨਹੀਂ ਸੀ, ਇੱਕ ਬਾਹਰਲਾ ਮੈਂ ਦੇਖਿਆ ਡਾਕਟਰ ਵੀਡੀਓ, ਉਹਨੇ ਮਤਲਬ ਇੰਨਾ ਰਿਐਕਸ਼ਨ ਵੀ ਬੱਚੇ ਦਾ ਨਹੀਂ ਆਉਣ ਦਿੱਤਾ, ਗੱਲਾਂ ਕਰਦੇ ਕਰਦੇ ਨੇ ਖੇਡਦੇ ਖੇਡਦੇ ਨੇ ਖੇਡਦੇ ਖੇਡਦੇ ਨੇ ਟੀਕਾ ਲਾ ਕੇ ਚਲੇ ਵੀ ਗਿਆ ਅਤੇ ਬੱਚਾ ਉਹਦੇ ਆਰਾਮ ਨਾਲ ਬੈਠਾ। ਚਲੋ ਇਹ ਡਿਪੈਂਡ ਕਰਦਾ ਜੀ, ਹਰ ਮੁਲਕ ਦਾ ਆਪੋ ਆਪਣਾ ਰਿਵਾਜ਼ ਹੁੰਦਾ ਟੀਕੇ ਦਾ, ਆਪੋ ਆਪਣਾ ਜਿਹੜਾ ਲਾਉਣ ਦਾ ਤਰੀਕਾ ਹੁੰਦਾ। ਚਲੋ ਇਹ ਅਮਰੀਕਾ ਨੇ ਵਧੀਆ ਖੋਜ ਕੱਢਤੀ ਹੈ। ਚਲੋ ਭਾਰਤ ਵਿੱਚ ਫਿਰ ਚੱਲਦੇ ਹਾਂ, ਕਿਤੇ ਭਾਰਤ ਦੇ ਵਿੱਚ ਇੱਕ ਹੋਰ MiG-20 ਵੰਡ ਗਿਆ। ਮਿਗ ਦਾ ਨਾਮ ਬਦਲ ਕੇ DIG-21 ਰੱਖ ਦੇਣਾ ਚਾਹੀਦਾ। ਹਰ ਤੀਏ ਚੌਥੇ ਦਿਨ ਇਹ MiG-20 ਵੰਜਿਆ, ਖੇਤਾਂ ਦੇ ਵਿੱਚ DIG-21 ਹੋਇਆ ਹੁੰਦਾ ਔਰ ਇਹ ਡਿੱਗ ਡਿੱਗ ਕੇ, ਜਾਂ ਤਾਂ ਮੈਨੂੰ ਲੱਗਦਾ ਵੀ ਇਹਨੇ ਉਹ ਕਹਾਵਤ ਸੁਣ ਲਈ ਵੀ ਬੰਦਾ ਡਿੱਗ ਡਿੱਗ ਕੇ ਜਿਹੜਾ ਸਵਾਰ ਹੁੰਦਾ, ਡਿੱਗ ਡਿੱਗ ਕੇ ਕਾਮਯਾਬ ਹੁੰਦਾ, ਫਿਰ ਡਿੱਗ ਡਿੱਗ ਕੇ ਉੱਠਦਾ ਅਤੇ ਫਿਰ ਭੱਜਦਾ, ਇਹਨੇ ਉਹ ਕਹਾਵਤ ਸੁਣ ਲਈ। ਸੋ ਇਸੇ ਕਰਕੇ ਇਹ ਸ਼ਾਇਦ MiG-MiG ਘੱਟ ਹੈ ਅਤੇ ਡਿੱਗ ਡਿੱਗ ਜ਼ਿਆਦਾ। ਚਲੋ ਖੈਰ, ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਜਾਣਕਾਰੀ ਜਿਹੜੀ ਅਨਾਊਂਸਮੈਂਟ ਹੈਗੀ ਹੈ ਸਾਡੇ ਕੋਲ ਤੁਹਾਡੇ ਵਾਸਤੇ, ਖਾਸ ਤੌਰ 'ਤੇ ਫਰੇਜ਼ਨੋ ਇਲਾਕੇ ਦੇ ਨਿਵਾਸੀਆਂ ਵਾਸਤੇ। ਫਰੀਜ਼ਨੋ ਦੇ ਵਿੱਚ ਇੱਕ ਇੰਡੀਅਨ ਮਾਰਕੀਟ ਹੈ ਜੀ, ਵੈਸਟ ਕਲਿੰਟਨ ਐਵੀਨਿਊ 'ਤੇ 2811 ਨੰਬਰ ਇੰਡੀਅਨ ਮਾਰਕੀਟ, ਸੋਹਣ ਸਿੰਘ ਹੋਣਾ ਦੀ, ਅਤੇ ਉਹਨਾਂ ਦੀ ਗ੍ਰੈਂਡ ਓਪਨਿੰਗ ਹੈਗੀ 12 ਅਕਤੂਬਰ ਨੂੰ, ਯਾਨੀ ਕਿ ਇਸ ਸ਼ਨੀਵਾਰ ਨੂੰ ਗ੍ਰੈਂਡ ਓਪਨਿੰਗ ਹੈਗੀ ਹੈ। ਅਤੇ ਉੱਥੇ ਸਸਤਾ ਸਮਾਨ ਜਿਹੜਾ ਬਹੁਤ ਦੇਣਾ ਉਹਨਾਂ ਨੇ, ਅਤੇ ਉਦੋਂ ਵੀ ਜਿਹੜੀ ਚੰਗੀ ਗੱਲ ਇਹ ਹੈ ਕਿ ਤੁਸੀਂ ਉੱਥੇ ਪਹੁੰਚੋਗੇ ਅਤੇ ਨਾਲ ਨਾਲ ਜਸ ਪੰਜਾਬੀ 'ਤੇ ਲਾਈਵ ਬਿਕਰ ਬਾਦਸ਼ਾਹ ਪਹੁੰਚੂਗਾ ਉੱਥੇ, ਅਤੇ ਉਹ ਲਾਈਵ ਪ੍ਰੋਗਰਾਮ ਜਿਹੜਾ ਅਸੀਂ ਜਸ ਪੰਜਾਬੀ 'ਤੇ ਦਿਖਾਵਾਂਗੇ, ਪੁਲਿਸ ਵਾਲਾ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਹੁੰਦੇ ਹਾਂ। ਸੋ ਵੱਧ ਤੋਂ ਵੱਧ ਪਹੁੰਚੋ ਜੀ, ਇੰਡੀਅਨ ਮਾਰਕੀਟ 2811 ਵੈਸਟ ਕਲਿੰਟਨ ਐਵੀਨਿਊ 'ਤੇ ਇਹ ਮਾਰਕੀਟ ਹੈਗੀ ਆ, ਇੰਡੀਅਨ ਗਰੋਸਰੀ ਦੀ ਆ, ਹਰ ਚੀਜ਼ ਹਰ ਤਰ੍ਹਾਂ ਦਾ ਸਮਾਨ ਮਿਲਦਾ ਪੰਜਾਬ ਦਾ, ਸਾਰੀਆਂ ਜਾਗੋ ਵਗੈਰਾ ਸ਼ੇਰਵਾਨੀਆਂ ਸਾਰਾ ਮੈਂ ਜਾ ਕੇ ਆਇਆ, ਬੜਾ ਕੁਛ ਮਿਲਦਾ, ਖਾਣਾ ਖੁਣਾ ਵੀ ਬੜਾ ਵਧੀਆ ਬਣਾਉਂਦੇ ਨੇ। ਸੋ ਮਿਲਦੇ ਹਾਂ ਜੀ 12 ਅਕਤੂਬਰ ਨੂੰ ਤਕਰੀਬਨ 11 ਕੁ ਵਜੇ ਫਰਿਜਨੋ ਦੇ ਵਿੱਚ, ਇੰਡੀਅਨ ਮਾਰਕੀਟ ਵੈਸਟ ਕਲਿੰਟਨ ਐਵੀਨਿਊ 'ਤੇ। ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਬਕਾਇਦਾ ਵਿਸ਼ੇ ਵੱਲ ਚੱਲਾਂਗੇ। ਸੋ ਵਿਸ਼ਾ ਅੱਜ ਦਾ ਮੇਰਾ ਖਿਆਲ ਇਹੀ ਰੱਖੀਏ, ਇਹੀ ਠੀਕ ਰਹਿਣਾ, ਕਹਿੰਦੇ ਵੀ ਜਦੋਂ ਮੌਕੇ ਦੀ ਗੱਲ ਕਰੋ ਜ਼ਿਆਦਾ ਵਧੀਆ ਹੁੰਦੀ ਹੈ। ਵਿਸ਼ਾ ਮਤਲਬ ਕਿ ਜੇ ਅਸੀਂ ਦੁਸਹਿਰੇ ਦੇ ਆਲੇ ਦੁਆਲੇ ਗੱਲਾਂ ਬਾਤਾਂ ਕਰੀਏ ਤਾਂ ਦੁਸਹਿਰੇ ਦੀਆਂ ਗੱਲਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੜੀਆਂ ਸਾਂਝੀਆਂ ਗੱਲ ਕੀਤੀਆਂ ਨੇ, ਸੱਚੀਆਂ ਗੱਲਾਂ ਬੜੀਆਂ ਸਾਂਝੀਆਂ ਕੀਤੀਆਂ ਨੇ ਦੁਸਹਿਰੇ ਨਾਲ ਰਿਲੇਟਡ ਪੰਜਾਬ ਦੀਆਂ। ਚਲੋ ਖੈਰ, ਅੱਜ ਫਿਰ ਆਪਾਂ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਾਂਗੇ। ਥੋੜ੍ਹਾ ਬਹੁਤ ਇਹ ਆ ਵੀ ਜਿੱਦਾਂ ਸਾਗ ਹੈਗਾ, ਉਹਨੂੰ ਪਿਆ ਹੁੰਦਾ ਤੁੜਕ ਤੁੜਕ ਕੇ, ਤੁੜਕ ਤੁੜਕ ਕੇ ਉਹਨੂੰ ਫਿਰ ਮਤਲਬ ਸਵਾਦ ਓਨਾ ਹੀ ਲੱਗਦਾ। ਸੋ ਦੁਸਹਿਰੇ ਦੀਆਂ ਗੱਲਾਂ ਦੇ ਵਿੱਚ ਵੀ ਹੋਰ ਮਿਰਚ ਮਸਾਲਾ ਥੋੜ੍ਹਾ ਪਾ ਕੇ ਅਤੇ ਉਹਨੂੰ ਹੋਰ ਥੋੜ੍ਹੀਆਂ ਬਹੁਤ ਚੇਂਜ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੁਸਹਿਰੇ ਦੀਆਂ। ਅਤੇ ਵਿਸ਼ਾ ਅੱਜ ਦਾ ਇਹ ਹੋਏਗਾ ਕਿ ਇਹੋ ਜਿਹੇ ਮੇਲੇ ਪਹਿਲਾਂ ਹੁੰਦੇ ਸੀ ਮਨੋਰੰਜਨ ਵਾਸਤੇ, ਅੱਜ ਕੱਲ੍ਹ ਇਹਨਾਂ ਮੇਲਿਆਂ ਦੀ ਜਾਂ ਰਾਵਣ ਫੂਕਣ ਦੀ ਅਹਿਮੀਅਤ ਕੀ ਹੈ, ਕੀ ਇਹਦਾ ਬੱਚਿਆਂ 'ਤੇ ਅਸਰ ਪੈਂਦਾ, ਕੀ ਬੱਚਿਆਂ ਦੀ ਸੋਚ 'ਤੇ ਇਹਦਾ ਅਸਰ ਪੈਂਦਾ, ਚੰਗਾ ਪੈਂਦਾ ਕਿ ਮਾੜਾ ਪੈਂਦਾ। ਸੋ ਇਹ ਆਪਾਂ ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ ਲਾਈਵ ਤੁਹਾਡੇ ਰੂਬਰੂ, ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਦੁਸਹਿਰੇ ਦੀ ਗੱਲ ਚੱਲੀ, ਮੇਲਿਆਂ ਦੀ ਗੱਲ ਚੱਲੀ ਹੈ, ਤਾਂ ਮੈਂ ਇੱਕਦਮ ਅੱਜ ਤੋਂ ਕਾਫੀ ਸਾਲ ਪਿੱਛੇ ਪਹੁੰਚ ਗਿਆ ਸੀ, ਜਦੋਂ ਇਹਨਾਂ ਚੀਜ਼ਾਂ ਦਾ ਅਹਿਮੀਅਤ ਨਹੀਂ ਪਤਾ ਹੁੰਦਾ ਸੀ, ਮੇਲੇ ਕਿਉਂ ਹੁੰਦੇ ਨੇ, ਸਿਰਫ ਇੱਕ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਸੀ, ਹੋਰ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੁੰਦਾ ਸੀ, ਅਤੇ ਇਸ ਕਰਕੇ ਮੇਲਿਆਂ ਨੂੰ ਉਡੀਕਿਆ ਜਾਂਦਾ ਸੀ। ਚਾਹੇ ਵਿਸਾਖੀ ਦੇ ਮੇਲੇ ਦੀ ਗੱਲ ਕਰੀਏ, ਵਿਸਾਖੀ ਦਾ ਮੇਲਾ ਵੀ ਦਰਿਆ 'ਤੇ ਲੱਗਦਾ ਹੁੰਦਾ ਸੀ ਸਾਡੇ ਉੱਥੇ, ਅਤੇ ਦਰਿਆ 'ਤੇ ਉੱਥੇ ਨਹਾਉਂਦੇ ਸੀ ਜਾ ਕੇ ਆਲੇ ਦੁਆਲੇ, ਫਿਰ ਉਹ ਛੋਟੀਆਂ ਛੋਟੀਆਂ ਦੁਕਾਨਾਂ ਦੁਕਾਨਾਂ ਹੁੰਦੀਆਂ ਸੀਗੀਆਂ। ਅਤੇ ਦੁਸਹਿਰੇ ਦੇ ਮੇਲੇ ਦੀ ਗੱਲ ਕਰੀਏ ਤਾਂ ਪਿੰਡੋਂ ਆਉਂਦੇ ਹੁੰਦੇ ਸੀ ਦੇਖਣ ਵਾਸਤੇ ਸ਼ਾਹਕੋਟ, 3 ਦਿਨ ਦੁਸਹਿਰਾ ਹੁੰਦਾ ਸੀ, 3 ਦਿਨ, ਅਤੇ ਪਹਿਲੇ ਦਿਨ ਮਾੜਾ ਮੋਟਾ ਰਸ਼ ਘੱਟ ਹੁੰਦਾ ਸੀ, ਦੂਏ ਦਿਨ ਫਿਰ ਰਸ਼ ਥੋੜ੍ਹਾ ਜਿਹਾ ਵੱਧ ਜਾਂਦਾ ਸੀ, ਅਤੇ 3ਵੇਂ ਦਿਨ ਫਿਰ ਰਸ਼ ਪੂਰਾ ਉੱਥੇ ਹੁੰਦਾ ਸੀਗਾ, ਫਿਰ ਉੱਥੇ ਜਿਹੜੇ ਲੋਕਲ ਲੀਡਰ ਆ ਉਹ ਵੀ ਆਏ ਹੁੰਦੇ ਸੀਗੇ ਉੱਥੇ। ਅਤੇ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਕਹਿੰਦੇ ਵੀ ਉਹਨੂੰ ਮਾਰਦੇ ਹੁੰਦੇ ਸੀਗੇ ਮੇਘਰਾਜ ਨੂੰ, 3 ਪੁਤਲੇ ਬਣਾਏ ਹੁੰਦੇ ਸੀ, ਇੱਕ ਥੋੜ੍ਹਾ ਛੋਟਾ, ਇੱਕ ਵੱਡਾ, ਇੱਕ ਉਦੂ ਵੱਡਾ, ਅਤੇ ਪਹਿਲੇ ਦਿਨ ਉਹਨੂੰ ਮਾਰਦੇ ਸੀ, ਇੱਕ ਦੂਏ ਦਿਨ ਦੂਏ ਨੂੰ ਮਾਰਦੇ ਸੀਗੇ ਕੁੰਭਕਰਨ ਨੂੰ, 3ਵੇਂ ਦਿਨ ਫਿਰ ਰਾਵਣ ਦੀ ਵਾਰੀ ਆਉਂਦੀ ਸੀਗੀ।
ਅਤੇ ਉਹ ਫਿਰ ਐਂ ਲੱਗਦਾ ਸੀਗਾ ਵੀ ਇਹਦਾ ਇੱਕ ਤਾੜੀਆਂ ਮਾਰੀਆਂ ਪਟਾਕੇ ਵੱਜੇ, ਚਲੋ ਹੋ ਗਿਆ, ਅਹਿਮੀਅਤ ਨਹੀਂ ਪਤਾ ਸੀ ਵੀ ਇਹ ਕੀ ਚੀਜ਼ ਕੀ ਹੈ ਰਾਵਣ ਦੇ। ਇਹ ਵੀ ਸੋਚੇ ਜਾਂਦੇ ਨਿੱਕੇ ਹੁੰਦਿਆਂ ਨੂੰ ਵੀ ਕਹਿੰਦੇ ਵੀ 10 ਸਿਰ ਹੈਗੇ ਰਾਵਣ ਦੇ, ਵੀ ਅਸੀਂ ਕਿ 10 ਸਿਰ ਹਾਏ, 10 ਸਿਰ ਯਾਰ ਬੰਦੇ ਦੇ ਕਿੱਡਾ ਸਿਰ 'ਤੇ ਭਾਰ ਹੋਊਗਾ, ਅਤੇ ਆਪਾਂ ਤਾਂ ਮਤਲਬ ਬਾਹਲਾ ਔਖਾ ਹੋਊ ਰਾਵਣ ਨੂੰ ਤਾਂ ਐਂ ਲੱਗਦਾ ਸੀ ਬਾਹਲਾ ਔਖਾ ਹੋਊ ਯਾਰ, 10 ਸਿਰਾਂ ਨਾਲ ਬੰਦਾ ਕਿੱਥੇ ਤੁਰਿਆ ਫਿਰੂਗਾ, ਨਾ ਤਾਂ ਦਰਵਾਜ਼ੇ ਵਿੱਚ ਹੀ ਲੰਘ ਸਕਦਾ, ਛੋਟੇ ਦਰਵਾਜ਼ੇ ਵੀ ਦੀ ਵੱਡੇ ਦਰਵਾਜ਼ੇ ਵੀ ਦੀ ਲੰਘਦਾ ਹੋਣਾ ਉਹ ਯਾਰ, 10 ਸਿਰ ਹੈ ਬੜਾ ਔਖਾ ਕੰਮ, ਉਹ ਵੀ ਬੁਰਸ਼ ਕਿਵੇਂ ਕਰਦਾ ਹੋਊ ਰਾਵਣ ਯਾਰ, ਹੈਂ ਕਿੰਨਾ ਹੀ ਪੇਸਟ ਲੱਗ ਜਾਂਦਾ ਹੋਣਾ ਇੱਕੋ ਵਾਰੀ 'ਚ। ਅਤੇ ਇਹੋ ਜਿਹੀਆਂ ਗੱਲਾਂ ਹੋਰ ਬੜੀਆਂ ਸੋਚਦੇ ਸੀ, ਫਿਰ ਦੂਏ ਨੇ ਕਹਿਣਾ ਯਾਰ ਮੈਨੂੰ ਇਹ ਲੱਗਦਾ ਵੀ ਰਾਵਣ ਬਣੈਣ ਤਾਂ ਨਹੀਂ ਪੈਂਦੀ ਹੋਣੀ ਰਾਵਣ ਦੇ, ਜੇ 10 ਸਿਰ ਨੇ ਉਹ ਉਦੋਂ ਇੱਧਰੋਂ ਸ਼ੁਰੂ ਹੋ ਕੇ ਉੱਧਰ ਤੱਕ ਜਾਂਦੇ ਨੇ, ਅਤੇ ਉਹ ਕਿੱਦਾਂ ਹੁੰਦਾ ਹੋਊ। ਫਿਰ ਹੁਣ ਬਾਅਦ ਦੇ ਵਿੱਚ ਹੁਣ ਥੋੜ੍ਹੀ ਜਿਹੀ ਅੱਜ ਕੱਲ੍ਹ ਦੀ ਗੱਲ ਜੇ ਲਾ ਲਈਏ ਪਿਛਲੇ ਸਾਲ 2-4 ਸਾਲਾਂ ਦੀ, ਤਾਂ ਫਿਰ ਇਹ ਇੱਕ ਗੱਲ ਵੀ ਸਾਹਮਣੇ ਆਈ ਸੀ ਵੀ ਜੇ ਰਾਵਣ ਅੱਜ ਦੇ ਸਮੇਂ 'ਚ ਹੁੰਦਾ ਤਾਂ ਉਹਦੇ ਆਧਾਰ ਕਾਰਡ ਕਿੰਨੇ ਬਣਦੇ, ਆਈਡੈਂਟੀ ਕਾਰਡ ਜਿਹਨੂੰ ਅਸੀਂ ਕਹਿੰਦੇ ਆਧਾਰ ਕਾਰਡ ਕਿੰਨੇ ਬਣਦੇ, ਜੇ ਉਹਦਾ ਆਧਾਰ ਕਾਰਡ 1 ਹੀ ਬਣਦਾ ਤਾਂ ਉਹਦੇ 'ਤੇ ਕਿਹੜੇ ਮੂੰਹ ਦੀ ਸਿਰ ਦੀ ਫੋਟੋ ਲੱਗਦੀ। ਚਲੋ ਇਹ ਗੱਲਾਂ ਸੀਗੀਆਂ ਮਜ਼ਾਕ ਦੀਆਂ, ਨਹੀਂ ਸੀ ਪਤਾ ਉਦੋਂ, ਪਰ ਅਸਲ ਦੇ ਵਿੱਚ ਇਹ ਕਿਹਾ ਜਾਂਦਾ ਕਿ ਰਾਵਣ ਦੇ ਵਿੱਚ 10 ਸਿਰਾਂ ਜਿੰਨੀ ਬੁੱਧੀ ਸੀਗੀ, ਦਿਮਾਗ ਸੀ ਉਹਦਾ, ਬਹੁਤ ਜ਼ਿਆਦਾ ਸਿਆਣਾ ਕਹਿੰਦੇ ਰਾਵਣ ਸੀਗਾ। ਚਲੋ ਹਾਲਾਤਾਂ ਨੇ ਕੀ ਹੋਇਆ ਕੀ ਨਹੀਂ ਹੋਇਆ, ਜਾਂ ਉਸ ਤੋਂ ਬਾਅਦ ਫਿਰ ਜਾਂ ਇਹ ਅਸਲੀਅਤ ਸੀਗੀ ਕਿ ਇਹ ਮਿਥਿਹਾਸ ਹੈ, ਇਤਿਹਾਸ ਤਾਂ ਨਹੀਂ ਲੱਗਦਾ, ਮਿਥਿਹਾਸ ਲੱਗਦਾ। ਕੁਛ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਰਿਸ਼ੀ ਵਾਲਮੀਕ ਨੇ ਇੱਕ ਲਿਖੀ ਕਿਤਾਬ ਲਿਖਤੀ, ਲੈ ਲਓ ਕੋਈ ਨਾਵਲ ਲਿਖਤਾ, ਕੋਈ ਨਾਟਕ ਲਿਖਤਾ, ਤਾਂ ਉਹਨੂੰ ਜਦੋਂ ਲੋਕਾਂ ਨੇ ਖੇਡਣਾ ਸ਼ੁਰੂ ਕੀਤਾ ਤਾਂ ਇੰਨਾ ਪਾਪੂਲਰ ਹੋ ਗਿਆ, ਕਿਉਂਕਿ ਇਹ ਇੱਕ ਆਮ ਜ਼ਿੰਦਗੀ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਹੈਗੀਆਂ ਜਿਹੜੀਆਂ ਸਾਡੇ ਨਾਲ ਹੈਗੀਆਂ, ਵੀ ਅਸੀਂ ਕੀ ਕਰਦੇ, ਚੰਗਾ ਕਰਦੇ, ਮਾੜਾ ਕਰਦੇ, ਤਾਂ ਉਹ ਹੈਗਾ। ਕੁਛ ਲੋਕ ਕਹਿੰਦੇ ਵੀ ਇਹ ਇਤਿਹਾਸ ਹੈ, ਕੁਛ ਕਹਿੰਦੇ ਮਿਥਿਹਾਸ ਹੈ। ਚਲੋ ਖੈਰ, ਜੇ ਇੱਕ ਦੋ ਗੱਲਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਾਲਾਂ ਲੈਣ ਤੋਂ ਪਹਿਲਾਂ, ਵੀ ਸੱਚੀ ਗੱਲ ਹੈ, ਸੁਹਾਣੇ ਪਿੰਡ ਦੇ ਵਿੱਚ ਚੰਡੀਗੜ੍ਹ ਦੇ ਨਾਲ ਪ੍ਰੋਗਰਾਮ ਬੁੱਕ ਹੋ ਗਿਆ ਰਾਮਲੀਲਾ ਦੇ ਵਿੱਚ, ਬਹੁਤ ਪ੍ਰੋਗਰਾਮ ਹੁੰਦੇ ਸੀ ਰਾਮਲੀਲਾ ਦੇ ਵਿੱਚ, ਵੀ ਕੋਮੇਡੀਅਨ ਵੀ ਨਾਲ, ਚਲੋ 2-4 ਚੁਟਕਲੇ ਸੁਣਾਉਣ ਵਾਲਾ, ਗੱਲਾਂ ਬਾਤਾਂ ਕਰਨ ਵਾਲਾ ਵਿੱਚ ਬੁਲਾ ਲਓ, ਅਤੇ ਚਲੋ ਰੌਣਕ ਮੇਲਾ ਹੋ ਜਾਂਦਾ ਜਦੋਂ ਇੰਟਰਵਲ ਹੁੰਦਾ ਸੀ, ਉਦੋਂ ਭੇਡਾਂ ਟਾਈਮ ਟੂਮ ਲਾ ਕੇ ਵੀ ਕਰ ਦਿੰਦੇ ਹੁੰਦੇ ਸੀ, ਅਤੇ ਇੱਦਾਂ ਕਾਫੀ ਪ੍ਰੋਗਰਾਮ ਕੀਤੇ, ਦੁਸਹਿਰੇ ਦੇ ਬੜੇ ਪ੍ਰੋਗਰਾਮ ਬੁੱਕ ਹੋਏ ਸੀ, ਬਹੁਤ ਪ੍ਰੋਗਰਾਮ ਦੁਸਹਿਰੇ ਵਾਲੇ ਦਿਨ ਵੀ ਕੀਤੇ, ਉਹ ਵੀ ਬੜੀਆਂ ਗੱਲਾਂ, ਉਹ ਬੜੀਆਂ ਗੱਲਾਂ, ਉਦੋਂ ਫੋਨ ਨਹੀਂ ਸੀ ਹੁੰਦਾ, ਕਾਫੀ ਪਹਿਲਾਂ ਦੀ ਗੱਲ, ਮੋਬਾਈਲ ਜਦੋਂ ਨਹੀਂ ਸੀ ਹੁੰਦਾ, ਸਾਡਾ ਗੁਰਦਾਸਪੁਰ ਕੋਲ ਪ੍ਰੋਗਰਾਮ ਤਾਂ ਅਸੀਂ ਚੱਲ ਗਏ ਉੱਥੇ, ਉਹ ਕਿਤੇ ਘਰ ਲੈਂਡਲਾਈਨ 'ਤੇ ਫੋਨ ਫੂਨ ਕਰੀ ਗਏ, ਅਤੇ ਉੱਥੇ ਜਦੋਂ ਪਹੁੰਚੇ ਤਾਂ ਉਹ ਉੱਥੇ ਕੁਛ ਵੀ ਨਾ, ਉੱਥੇ ਸੁੰਨ ਮਸਾਨ ਪਈ ਹੋਈ, ਨਾ ਰਾਵਣ ਦੇ ਸੀ ਨਾ ਕੋਈ ਰਾਵਣ ਦੇ ਹੋਊ ਆਲਾ ਦੁਆਲਾ ਦੇ ਸੀ। ਉਹਨਾਂ ਨੂੰ ਪੁੱਛਿਆ ਪ੍ਰਬੰਧਕਾਂ ਨੂੰ ਵੀ ਤੁਸੀਂ ਇੱਥੇ ਫਿਰਦੇ ਰਾਵਣ, ਅਸੀਂ ਤਾਂ ਪ੍ਰੋਗਰਾਮ ਕਰਨਾ ਹੈ, ਉਹ ਕਹਿੰਦੇ ਯਾਰ ਅਸਲ 'ਚ ਨਾ ਉਹੀ ਪੋਸਟਪੋਨ ਕਰਨਾ ਪੈ ਗਿਆ ਸਾਰਾ ਸਾਨੂੰ, ਅਸੀਂ ਕੀ ਹੋ ਗਿਆ, ਉਹ ਕਹਿੰਦੇ ਪਰਸੋਂ ਸਾਡਾ ਵਿਰੋਧੀ ਪਾਰਟੀ ਵਾਲਿਆਂ ਨੇ ਸਾਡਾ ਰਾਵਣ ਫੂਕਤਾ, ਕਹਿੰਦੇ ਹੁਣ ਨਵਾਂ ਰਾਵਣ ਬਣਨਾ ਦਿੱਤਾ, ਅਤੇ ਉਹ ਬਣੂਗਾ ਤਾਂ ਫਿਰ ਅਸੀਂ ਗੱਲ ਕਰਾਂਗੇ, ਅਤੇ ਸੁਹਾਣੇ ਦੀ ਗੱਲ ਹਾਸਾ 'ਚ ਵਿੱਚੇ ਰਹਿ ਗਈ। ਉਹ ਅਸੀਂ ਤਾਂ ਆਪਣਾ ਗੱਲਾਂ ਬਾਤਾਂ ਕਰੀ ਜਾਈਏ ਖੜ੍ਹੇ, ਠੰਡਾ ਠੰਡਾ ਜਿਹਾ ਮੌਸਮ ਸੀ ਪਿੱਛੇ ਸਟੇਜ ਦੇ ਖੜ੍ਹੇ, ਵੀ ਚਲੋ ਰਾਮਲੀਲਾ ਚੱਲ ਰਹੀ ਹੈ, ਇੰਟਰਵਲ ਰੋ ਹੋਊਗਾ, ਅਤੇ ਉਦੋਂ ਬਾਅਦ ਸਾਡੀ ਵਾਰੀ ਆਉਣੀ, ਉਦੋਂ ਆਪਾਂ 10 ਮਿੰਟ ਲਾ ਦਾਂਗੇ ਜਿਹੜੇ ਲਾਉਣੇ ਆ। ਉਹ ਰਾਵਣ ਦਾ ਦਰਬਾਰ ਲੱਗਿਆ ਹੋਇਆ ਸੀਗਾ, ਅਤੇ ਉਹ ਇੱਕ ਜਿਹੜਾ ਬੜਾ ਮਸ਼ਹੂਰ ਡਾਇਲਗ ਹੈਗਾ ਕਿ ਮਹਾਂਮੰਤਰੀ ਜੀ ਮਨੋਰੰਜਨ ਦਾ ਪ੍ਰਬੰਧ ਕੀਆ ਜਾਏ। ਚਲੋ ਅਸੀਂ ਆਪਣੀਆਂ ਗੱਲਾਂ ਲੱਗੇ ਅਤੇ ਉਹ ਸੁਣ ਰਿਹਾ ਸੀ ਨਾਲ, ਮਹਾਂਮੰਤਰੀ ਜੀ ਮਨੋਰੰਜਨ ਦਾ ਪ੍ਰਬੰਧ ਕੀਆ ਜਾਏ, ਅਤੇ ਮਹਾਂਮੰਤਰੀ ਜੀ ਨੇ ਇੱਕ ਗਾਉਣ ਵਾਲਾ ਲਿਆਂਦਾ, ਗਾਉਣ ਵਾਲਾ ਆਇਆ, ਉਹਨੇ 2 ਗਾਣੇ ਗਾਏ ਅਤੇ ਚਲੇ ਗਿਆ। ਉਦੋਂ ਬਾਅਦ ਫਿਰ ਰਾਵਣ ਦਾ ਦਰਬਾਰ ਲੱਗਿਆ ਹੋਇਆ, ਸੈਂਟਰ 'ਚ ਖੜ੍ਹ ਕੇ ਗਾਣਾ ਗਾ ਰਿਹਾ। ਫਿਰ ਰਾਵਣ ਜੀ ਨੇ ਕਿਹਾ, ਮਹਾਂਮੰਤਰੀ ਜੀ ਅਭੀ ਵੀ ਮਨ ਨਹੀਂ ਭਰਾ, ਔਰ ਮਨੋਰੰਜਨ ਦਾ ਪ੍ਰਬੰਧ ਕੀਜੀਏ। ਤਾਂ ਉਹਨਾਂ ਨੇ 2 ਡਾਂਸਰਾਂ ਆਈਆਂ, ਤਾਂ ਉਹਨਾਂ ਨੇ ਕਿਸੇ ਗੀਤ 'ਤੇ ਡਾਂਸ ਕੀਤਾ, ਉਹ ਵੀ ਚੱਲ ਗਈਆਂ। ਅਤੇ ਤੀਜੀ ਵਾਰ ਜਦੋਂ ਰਾਵਣ ਜੀ ਨੇ ਕਿਹਾ, ਮਹਾਂਮੰਤਰੀ ਜੀ ਅਭੀ ਮਨ ਨਹੀਂ ਭਰਾ, ਔਰ ਮਨੋਰੰਜਨ ਦਾ ਪ੍ਰਬੰਧ ਕੀਜੀਏ, ਤਾਂ ਸਟੇਜ ਸੈਕਟਰੀ ਨੇ ਅਨਾਊਂਸ ਕਰਤਾ ਮੈਨੂੰ, ਰਾਵਣ ਜੀ ਤੁਹਾਡੇ ਮਨੋਰੰਜਨ ਲਈ ਆ ਰਹੇ ਨੇ, ਪੰਜਾਬ ਦੇ ਕਮੇਡੀਅਨ ਜਗਤਾਰ ਜੱਗੀ। ਮੈਂ ਪਹਿਲਾਂ ਤਾਂ ਡੌਰਾ ਭੋਰਾ ਜਿਹਾ ਆਲਾ ਦੁਆਲਾ ਦੇਖਾਂਗੇ, ਹੁਣ ਜਾਣਾ ਹੀ ਪੈਣਾ। ਚਲੋ ਜੀ, ਮੈਂ ਸਟੇਜ 'ਤੇ ਗਿਆ, ਤਾਂ ਜਾਂਦੇ ਹੀ ਮੈਂ ਇੱਕੋ ਗੱਲ ਕਹੀ, ਤਾਂ ਮੁੜ ਕੇ ਰਾਵਣ ਜੀ ਦਾ ਜਿਹੜਾ ਮਨ ਭਰ ਗਿਆ ਸੀ ਮਨੋਰੰਜਨ, ਉਹਨੇ ਉਦੋਂ ਬਾਅਦ ਨਹੀਂ ਕਰਨ ਨੂੰ ਕਿਹਾ ਹੋਰ। ਮੈਂ ਕਿਹਾ ਜੀ ਰਾਵਣ ਜੀ ਗੱਲ ਇੱਦਾਂ, ਬੇਨਤੀ ਇਹ ਹੈ ਵੀ ਮੇਰੇ ਤੋਂ ਪਹਿਲਾਂ ਗਾਣਾ ਗਾ ਕੇ ਗਏ, ਉਦੋਂ ਬਾਅਦ ਕੁੜੀਆਂ ਡਾਂਸ ਕਰਕੇ ਗਈਆਂ, ਅਤੇ ਹੁਣ ਮੇਰੀ ਵਾਰੀ ਆਈ ਆ, ਵੀ ਜੇ ਤੁਹਾਡਾ ਮਨ ਗਾਣੇ ਨਾਲ ਜਾਂ ਡਾਂਸ ਕਰਨ ਵਾਲੀਆਂ ਨਾਲ ਨਹੀਂ ਭਰਿਆ, ਤਾਂ ਭਰਨਾ ਮੇਰੇ ਨਾਲ ਵੀ ਨਹੀਂ, ਮੈਂ ਤਾਂ ਗੱਲਾਂ ਵਾਲਾ ਹੀ ਹਾਂ। ਲਓ ਜੀ, ਰਾਵਣ ਸਾਹਿਬ ਬੜੇ ਖੁੱਲ੍ਹ ਕੇ ਉੱਚੀ ਉੱਚੀ ਹੱਸੇ ਗੱਲਾਂ, ਚਲੋ ਉਦੋਂ ਬਾਅਦ ਪ੍ਰੋਗਰਾਮ ਕੀਤਾ, ਅਸੀਂ ਆਪਣਾ ਆ ਗਏ। ਅੱਛਾ, ਦੁਸਹਿਰੇ ਦੇ ਅੱਜ ਕੱਲ੍ਹ ਬੜਾ ਕੁਛ ਦੁਸਹਿਰੇ ਦਾ ਜਿਹੜਾ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ 'ਤੇ, ਉਹਦਾ ਇਹ ਨਹੀਂ ਸਮਝ ਆਉਂਦੀ, ਵੈਸੇ ਮੈਂ ਪਹਿਲਾਂ ਸੁਣਿਆ, ਬਹੁਤ ਚੰਗੀ ਗੱਲ ਲੱਗੀ ਮੈਨੂੰ ਉਹ ਸੁਣਿਆ ਮੈਂ, ਕਿ ਜਿਹੜੇ ਬੰਦੇ ਉਹਦੇ 'ਚ ਰਾਮ ਦਾ ਰੋਲ ਕਰਦੇ ਸੀ, ਬਹੁਤ ਸਾਰੇ ਦੁਸਹਿਰੇ, ਚਲੋ ਆਪਾਂ
ਉਹ ਵੀਡੀਓ ਵੀ ਸਾਹਮਣੇ ਆਈਆਂ ਕਿ ਉਹ ਪਰਦਾ ਚੱਕਿਆ ਗਿਆ ਸੀਤਾ ਪਿੱਛੇ ਵੀ ਇੱਦਾਂ ਜੇ ਉਹ ਮੁੰਡੇ ਸੀ ਬਣੇ ਹੁੰਦੇ ਸੀਤਾ, ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ। ਪਰ ਅਸਲ ਦੇ ਵਿੱਚ ਚੀਜ਼ ਕੋਈ ਵੀ ਮਾੜੀ ਨਹੀਂ ਹੈਗੀ, ਮਾੜੀ ਅਸੀਂ ਬਣਾਉਂਦੇ ਹਾਂ, ਮਾੜੇ ਅਸੀਂ ਲੋਕ ਹੁੰਦੇ ਉਹਦੇ 'ਚ। ਦੁਸਹਿਰੇ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦਾ, ਸਾਡੇ ਬਹੁਤ ਸਾਰੇ ਦੋਸਤ ਮਿੱਤਰ ਚੰਡੀਗੜ੍ਹ ਵੀ ਕਰਦੇ ਸੀਗੇ, ਸਾਡੇ ਹੋਰ ਵੀ ਦੋਸਤ ਮਿੱਤਰ ਕਰਦੇ ਸੀ, ਪਰ ਉਹਨਾਂ 'ਚੋਂ ਜ਼ਿਆਦਾਤਰ ਜਿਹੜੇ ਕਮਾਲ ਦੀ ਗੱਲ, ਜਿੰਨੇ ਦਿਨ ਰਾਮਲੀਲਾ ਚੱਲਦੀ ਸੀ ਉਹਨਾਂ ਦੀ ਸ਼ਰਧਾ ਲਾ ਲਓ, ਉਹਨਾਂ ਦਾ ਕੁਛ ਲਾ ਲਓ, ਜਿਹੜੇ ਰਾਮ ਦਾ ਰੋਲ ਕਰਦੇ ਸੀ, ਲਕਸ਼ਮਣ ਦਾ ਕਰਦੇ ਸੀ ਜਾਂ ਹਨੂੰਮਾਨ ਦਾ ਕਰਦੇ ਸੀ, ਉਹਨਾਂ ਦੀ ਸ਼ਰਧਾ ਲਾ ਲਓ, ਉਨੇ ਦਿਨ ਇੱਕ ਤਾਂ ਉਹ ਭੁੰਜੇ ਪੈਂਦੇ ਸੀ, ਇੰਨੀ ਜ਼ਿਆਦਾ ਸੁੱਚਮ ਰੱਖਦੇ ਸੀ ਉਹ ਖਾਣ ਪੀਣ ਦੇ ਵਿੱਚ। ਖਾਸ ਤੌਰ 'ਤੇ ਜਿਹੜੇ ਕੋਈ ਨੌਨ ਵੈਜ ਖਾ ਲੈਂਦੇ, ਉਹ ਨੌਨ ਵੈਜ ਬਿਲਕੁਲ ਨਹੀਂ ਸੀ ਟੱਚ ਵੀ ਕਰਦੇ, ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤਕਰੀਬਨ ਉਨੇ ਦਿਨ 21-22 ਦਿਨ ਜਿੰਨੇ ਦਿਨ ਵੀ ਹੁੰਦੇ ਨੇ ਪੂਜਾ ਬਹੁਤ ਕਰਦੇ ਸੀਗੇ, ਬਹੁਤ ਪੂਜਾ ਕਰਦੇ ਸੀ। ਉਹ ਮੈਨੂੰ ਗੱਲ ਚੰਗੀ ਵੀ ਲੱਗੀ। ਉਹ ਤੋਂ ਬਾਅਦ ਚਲੋ ਅਸੀਂ ਆਪਾਂ ਸ਼ੁਗਲ ਮੇਲੇ ਦੀ ਗੱਲ ਹੋਰ ਆ, ਗੱਲਾਂ ਬਾਤਾਂ ਹੋਰ ਇੱਧਰਲੀਆਂ ਉੱਧਰਲੀਆਂ ਕਰ ਲਈਆਂ। ਪਰ ਅਸਲ ਦੇ ਵਿੱਚ ਧਰਮ ਆਪਾਂ ਹਮੇਸ਼ਾ ਗੱਲ ਕਰੀ ਦੀ ਹੈ ਕਿ ਧਰਮ ਤਾਂ ਕੋਈ ਵੀ ਨਹੀਂ ਮਾੜਾ, ਧਰਮ ਤਾਂ ਸਾਰੇ ਚੰਗੀਆਂ ਗੱਲਾਂ ਹੀ ਦੱਸਦੇ ਨੇ। ਕੋਈ ਧਰਮ ਨਹੀਂ ਕਹਿੰਦਾ ਵੀ ਆਹ ਲੜੋ ਜੀ ਤੁਸੀਂ, ਆਹ ਇਹਦੇ ਪਿੱਛੇ ਲੜੋ ਅਤੇ ਉਹਦੇ ਪਿੱਛੇ ਲੜੋ, ਇਹ ਤਾਂ ਅਸੀਂ ਲੜਦੇ ਹਾਂ। ਕਿਸੇ ਧਰਮ ਦੀ ਗੱਲ ਕੀ ਕਰਨੀ, ਅਸੀਂ ਆਪਣੇ ਧਰਮ ਦੀ ਗੱਲ ਕਰ ਲਈ, ਆਪਣੇ ਧਰਮ ਦੇ ਵਿੱਚ ਹੀ ਨਹੀਂ ਆਪਣੀ ਲੜਾਈ ਮੁੱਕਦੀ, ਅਤੇ ਬਾਕੀ ਹੋਰ ਅਸੀਂ ਕਿਸੇ ਧਰਮ ਦੀ ਕੀ ਗੱਲ ਕਰਨੀ ਹੈ। ਚਲੋ ਧਰਮ ਦੀ ਜੇ ਗੱਲ ਕੀਤੀ, ਧਰਮ ਦੇ ਵਿੱਚ ਲੋਕ ਮਾੜੇ ਹੋ ਜਾਂਦੇ ਆ, ਧਰਮ ਕੋਈ ਨਹੀਂ ਮਾੜਾ ਹੁੰਦਾ, ਸੋ ਧਰਮ ਦੀ ਆਪਾਂ ਗੱਲ ਨਹੀਂ ਕਰਨੀ। ਗੱਲ ਥੋੜ੍ਹੀ ਜਿਹੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਅਗਰ ਕਰਾਂਗੇ ਤਾਂ ਇਹ ਕਰੀਏ ਕਿ ਦੁਸਹਿਰੇ ਦੀ ਕੋਈ ਯਾਦ ਤਾਜ਼ਾ ਕਰਦੇ ਹਾਂ ਅੱਜ ਤੁਹਾਡੇ ਨਾਲ, ਵੀ ਕਿੱਦਾਂ ਦੁਸਹਿਰੇ ਦਾ ਮੇਲਾ ਹੁੰਦਾ ਸੀ, ਜਾਂ ਮੈਂ ਜਦ ਪਹਿਲਾਂ ਸਵਾਲ ਪੁੱਛਿਆ ਸੀ ਵੀ ਅੱਜ ਕੱਲ੍ਹ ਇਹ, ਅੱਜ ਕੱਲ੍ਹ ਜਦੋਂ ਮਨੋਰੰਜਨ ਦੇ ਸਾਧਨ ਇੰਨੇ ਜ਼ਿਆਦਾ ਵੱਧ ਗਏ ਨੇ, ਮਨੋਰੰਜਨ ਪੈਰ ਪੈਰ 'ਤੇ ਮਨੋਰੰਜਨ, ਪੈਰ ਪੈਰ 'ਤੇ ਕਿ ਹੱਥ 'ਚ ਮਨੋਰੰਜਨ ਆ ਤੁਹਾਡੇ, 24 ਘੰਟੇ ਮਨੋਰੰਜਨ, 24 ਘੰਟੇ ਵਿਹਲ ਨਹੀਂ ਮਿਲਦੀ ਫੋਨ ਤੋਂ, ਅਤੇ ਅੱਜ ਕੱਲ੍ਹ ਇਹੋ ਜਿਹੇ ਮੇਲਿਆਂ ਦੀ ਕੀ ਅਹਿਮੀਅਤ ਆ, ਜਾਂ ਬੱਚਿਆਂ ਦੇ ਉੱਪਰ ਕੋਈ ਚੰਗਾ ਜਾਂ ਮਾੜਾ ਅਸਰ ਇਹ ਚੀਜ਼ਾਂ ਪਾਉਂਦੀਆਂ ਕਿ ਨਹੀਂ ਪਾਉਂਦੀਆਂ। ਸੋ ਹੋਰ ਕੋਈ ਦੁਸਹਿਰੇ ਦੀ ਯਾਦ ਤਾਜ਼ਾ ਹੋਵੇ ਇੱਕ ਹੋਰ, ਮੈਂ ਹੁਣ ਚਲੋ ਬ੍ਰੇਕ 'ਤੇ ਜਾਣ ਤੋਂ ਮੈਂ ਕਰ ਲੈਂਦਾ, ਮਤਲਬ ਕੋਈ ਹੱਥ ਬੰਨ ਕੇ ਬੇਨਤੀ ਹੈ ਵੀ ਗੁੱਸਾ ਨਾ ਕਰਿਓ, ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ, ਵੈਸੇ ਗੱਲਾਂ 'ਚੋਂ ਗੱਲ ਸੱਚੀਆਂ ਗੱਲਾਂ, ਪਿੰਡਾਂ ਦੀਆਂ ਗੱਲਾਂ, ਪਿੰਡਾਂ ਵਾਲੇ ਲੋਕ ਆਪਾਂ, ਮਤਲਬ ਇਹ ਗੱਲਾਂ ਹੋ ਜਾਂਦੀਆਂ ਪਿੰਡਾਂ ਦੇ ਵਿੱਚ, ਜਿਹਨੂੰ ਕੁਛ ਫਰਕ ਨਹੀਂ, ਦਿਮਾਗ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੁੰਦੀ। ਸਾਡੇ ਇੱਕ ਸ਼ਾਹਕੋਟ ਦੇਖਣ ਆਉਂਦਾ ਹੁੰਦਾ ਸੀ ਰਾਮਲੀਲਾ ਪਿੰਡ, ਮੈਨੂੰ ਪਤਾ ਨਹੀਂ ਉਹ ਕਿਹੜੇ ਪਿੰਡ ਤੋਂ ਆਉਂਦਾ ਸੀ, ਅਤੇ ਸਭ ਤੋਂ ਮੂਹਰੇ ਬੈਠਦਾ ਸੀ ਉਹ, ਇੱਟ ਉਹਨੇ ਆਪਣੀ ਨਾਲ ਘਰੋਂ ਲਿਆਉਣੀ, ਮੂਹਰੇ ਬੈਠ ਕੇ ਸਭ ਨੂੰ ਪਤਾ, ਜਦੋਂ ਆਪਾਂ ਰਾਮਲੀਲਾ ਦੇਖਦੇ ਹਾਂ ਸੀਨ ਆਉਂਦਾ ਰੋਜ਼, ਸਭ ਨੂੰ ਪਤਾ ਜਦੋਂ ਸੀਤਾ ਹਰਨ ਹੁੰਦਾ ਕਿ ਉਹ ਹਿਰਨ ਆਉਂਦਾ, ਇੱਕ ਹਿਰਨ ਵੇਖ ਕੇ ਅਤੇ ਉਹ ਸੀਤਾ ਉਹਨੂੰ ਕਹਿੰਦੀ ਵੀ ਹਿਰਨ ਫੜ ਕੇ ਲਿਆ ਲਕਸ਼ਮਣ ਨੂੰ, ਅਤੇ ਲਕਸ਼ਮਣ ਜਾਂਦਾ ਨਹੀਂ ਹੈ, ਅਤੇ ਉਹ ਕਹਿੰਦੀ ਵੀ ਤੈਨੂੰ ਜਾਣਾ ਪੈਣਾ, ਅਤੇ ਉਹ ਫਿਰ ਰੇਖਾ ਖਿੱਚ ਜਾਂਦਾ, ਅਤੇ ਉਹ ਹਿਰਨ ਲੈਣ ਜਾਂਦਾ, ਅਤੇ ਮਗਰੋਂ ਰਾਵਣ ਆਉਂਦਾ ਅਤੇ ਸੀਤਾ ਨੂੰ ਚੱਕ ਕੇ ਲੈ ਜਾਂਦਾ ਹਰਨ। ਇਹ ਸਟੋਰੀ ਆਪਾਂ ਨੂੰ ਸਾਰਿਆਂ ਨੂੰ ਰੱਟੀ ਪਈ, ਬੱਚੇ ਨੂੰ ਪਤਾ, ਦੇਖਦੇ ਸੁਣਦੇ ਕਿਤਾਬਾਂ ਦੇ ਵਿੱਚ ਹੁੰਦੇ ਸੀ। ਅਤੇ ਉਹ ਬੰਦੇ ਨੇ ਹਰ ਸਾਲ ਹੀ ਉਹਨੂੰ ਬਥੇਰਾ ਸਮਝਾਉਣਾ, ਹਰ ਸਾਲ ਹੀ ਉਹਨੇ, ਜਦੋਂ ਉਹਨੇ ਸੀਤਾ ਨੇ ਕਹਿਣਾ ਵੀ ਜਾ ਹਿਰਨ ਫੜ ਕੇ ਲਿਆ ਮੇਰੇ ਵਾਸਤੇ, ਅਤੇ ਉਹਨੇ ਉਦੋਂ ਹੀ ਰੌਲਾ ਪਾਉਣਾ ਸ਼ੁਰੂ ਕਰ ਦੇਣਾ, ਜਾਈ ਨਾ ਉਹ ਪਤੰਦਰਾ, ਜਾਈ ਨਾ, ਤੂੰ ਜਾਏਗਾ ਮਗਰੇ ਭੜਥੂ ਪੈ ਜੂ, ਮਗਰੇ ਭੜਥੂ ਪੈ ਜੂ, ਤੂੰ ਜਾਏਗਾ ਮਗਰੇ ਰਾਵਣ ਨੇ ਆ ਜਾਣਾ, ਸੀਤਾ ਨੂੰ ਚੱਕ ਕੇ ਲੈ ਜਾਣਾ, ਸਾਰਾ ਸਿਆਪਾ ਸ਼ੁਰੂ ਹੋ ਜਾਣਾ, ਤੂੰ ਵੀਰ ਬਣ ਕੇ ਨਾ ਜਾ, ਉਹ ਐਤਕੀ ਨਾ ਜਾ, ਤੂੰ ਹਰ ਸਾਲ ਜਾਨਾ ਲੈਣ, ਉਹ ਹਿਰਨ ਦੇ ਮਗਰ ਜਾਣਾ, ਐਤਕੀ ਨਾ ਜਾ। ਉਹਨੂੰ ਬਥੇਰਾ ਸਮਝਾਉਂਦੇ ਸੀਗੇ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਨਹੀਂ ਹੈਗੀਆਂ, ਇਹ ਇੱਕ ਜਿਹੜੀ ਸੀਨ ਚੱਲਦੇ ਨੇ। ਔਰ ਅੱਜ ਵੀ ਇੱਕ ਮੈਂ ਕਮਾਲ ਦੀ ਗੱਲ ਇਹ ਹੈ ਰਾਮਲੀਲਾ ਦੀ, ਮੈਂ ਜਿਹੜੀ ਦੇਖੀ ਹੈ, ਅੱਜ ਵੀ ਟ੍ਰੈਂਡ ਉਹੋ ਹੀ ਹੈ, ਜਦਕਿ ਜ਼ਮਾਨਾ ਬਹੁਤ ਬਦਲ ਗਿਆ, ਐਡਵਾਂਸ ਹੋ ਗਏ ਅਸੀਂ, ਅੱਜ ਵੀ ਤਕਰੀਬਨ ਜ਼ਿਆਦਾਤਰ ਰਾਮਲੀਲਾ ਦੇ ਵਿੱਚ ਮੁੰਡੇ ਹੀ ਕੁੜੀਆਂ ਬਣਦੇ ਨੇ, ਸੀਤਾ ਦਾ ਰੋਲ ਮੁੰਡੇ ਹੀ ਕਰਦੇ ਨੇ ਮੋਸਟਲੀ ਰਾਮਲੀਲਾ, ਇਹਦਾ ਮੈਨੂੰ ਕਨਸੈਪਟ ਨਹੀਂ ਸਮਝ ਆਇਆ, ਜਦਕਿ ਬਹੁਤ ਸਾਰੇ ਹੋ ਸਕਦਾ ਕਈ ਰਾਮਲੀਲਾ, ਹੁਣ ਜ਼ਿਆਦਾ ਵਾਹ ਪਿਆ ਨਹੀਂ ਹੈਗਾ ਆਪਣੇ ਪੰਜਾਬ ਦੀਆਂ, ਹੁਣ ਜਿਸ ਤਰ੍ਹਾਂ ਦੀਆਂ ਹੁੰਦੀਆਂ ਰਾਮਲੀਲਾ ਉਹਦੇ ਵਿੱਚ, ਉਹਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਵੀ ਮੁੰਡੇ ਉਹ ਕਰਦੇ ਨੇ ਸੀਤਾ ਦਾ ਰੋਲ, ਇਹਦਾ ਨਹੀਂ ਪਤਾ। ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ, ਦੁਸਹਿਰੇ ਦਾ ਮੇਲਾ ਖਾਸ ਤੌਰ 'ਤੇ ਅਸੀਂ ਜ਼ਿਕਰ ਕਰਨਾ ਹੈ, ਰਾਵਣ ਫੂਕਣ ਦੀ ਗੱਲ ਕਰਨੀ ਹੈ, ਕੀ ਇਹ ਲੌਜਿਕ ਬਣਦਾ ਅੱਜ ਦੇ ਜ਼ਮਾਨੇ ਦੇ ਵਿੱਚ। ਪਰ ਇਸ ਵਾਰ ਇੱਕ ਬਹੁਤ ਵਧੀਆ ਗੱਲ ਕੋਰਟ ਨੇ ਕੀਤੀ ਹੈ, ਸੁਪਰੀਮ ਕੋਰਟ ਹਾਈ ਕੋਰਟ ਨੇ ਕੀਤੀ ਹੈ ਕਿ ਰਾਵਣ ਦਾ ਕੱਦ ਮਹਿਤਾ, ਐਦੂ ਉੱਚਾ ਰਾਵਣ ਨਹੀਂ ਬਣਾਏਗਾ ਕੋਈ, ਜੇ ਕੋਈ ਰਾਵਣ ਬਣਾਏਗਾ ਤਾਂ ਉਹਦੇ ਖਿਲਾਫ਼ ਮਤਲਬ ਕੇਸ ਹੋਏਗਾ ਜਾਂ ਉਹਦੇ ਕੋਈ ਵੀ ਕਾਰਵਾਈ ਹੋਏਗੀ, ਅਤੇ ਬਹੁਤ ਸਾਰੀਆਂ ਵੀਡੀਓ ਫੇਸਬੁੱਕ 'ਤੇ ਪਈਆਂ ਨੇ, ਅਤੇ ਪੁਲਿਸ ਵਾਲੇ ਰਾਵਣ ਨੂੰ ਚੱਕੀ ਜਾਂਦੇ ਨੇ, ਇੱਕ ਨੇ ਉੱਧਰੋਂ ਫੜਿਆ, ਇੱਕ ਨੇ ਉੱਧਰੋਂ ਫੜਿਆ, ਵੀ ਉੱਚਾ ਰਾਵਣ ਤੁਹਾਡਾ, ਤੁਹਾਨੂੰ ਤੁਸੀਂ ਨਹੀਂ ਫੂਕ ਸਕਦੇ, ਲੋਕ ਮਿੰਦਾ ਕਰੀ ਜਾਂਦੇ, ਉਹ ਫੂਕ ਲੈਣ ਦਿਓ ਜੀ, ਹੁਣ ਸਾਡੇ ਕੋਲ ਨਵਾਂ ਬਣਨਾ ਵੀ ਨਹੀਂ ਐਡੀ ਜੀ।
ਸੋ ਇਹ ਚੀਜ਼ ਕਾਫੀ ਚੰਗੀ ਰਹੀ ਪਟਾਕਿਆਂ ਦਾ, ਐਤਕੀ ਕਾਫੀ ਕੰਟਰੋਲ ਜਿਹੜਾ ਉਹ ਦੇਖਣ ਨੂੰ ਮਿਲਿਆ ਇਹਦੇ ਵਿੱਚ ਦੁਸਹਿਰੇ ਦੇ ਵਿੱਚ, ਔਰ ਮੈਨੂੰ ਲੱਗਦਾ ਕਈ ਆਸਾਰ ਚੰਗੇ ਵੀ ਹੋ ਰਹੇ ਨੇ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ, ਇਹ ਆਪਾਂ ਬ੍ਰੇਕ ਤੋਂ ਬਾਅਦ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ, ਅਤੇ ਫਟਾਫਟ ਗੱਲਾਂ ਬਾਤਾਂ ਜਿਹੜੀਆਂ ਦੁਸਹਿਰੇ ਬਾਰੇ ਚੱਲਦੀਆਂ ਅਤੇ ਉਹਦੇ 'ਚ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਂ ਪਹਿਲਾਂ ਟਾਈਮ ਜ਼ਿਆਦਾ ਲੈ ਗਿਆ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਹਾਂਜੀ, ਜਗਤਾਰ ਸਿੰਘ ਜੀ, ਮੈਂ ਗੁਰਮੇਲ ਸਿੰਘ ਧੀ ਬੋਲਦਾ ਜੀ, ਤੀਰ ਬਰਮਿੰਗਮ ਸਾਹਿਬ, ਕੈਨੇਡਾ ਤੋਂ। ਤੀਰ ਸਾਹਿਬ ਸਵਾਗਤ ਬਹੁਤ ਬਹੁਤ ਜੀ, ਕੀ ਕਹਿਣਾ ਚਾਹੁੰਦੇ? ਤਾਂ ਪਹਿਲਾਂ ਤਾਂ ਮੈਂ ਆਪਣੀ ਹੱਡ ਬੀਤੀ ਡਾਕਟਰੀ ਬਾਰੇ ਦੱਸਣੀ ਚਾਹੁੰਦਾ। ਜ਼ਰੂਰ ਜੀ ਜ਼ਰੂਰ, ਹਾਂਜੀ। ਕੱਲ੍ਹ ਕਈ ਸਾਲ ਪਹਿਲਾਂ ਮੇਰਾ ਇੱਥੇ ਟੋਰਾਂਟੋ ਦੇ ਵਿੱਚ ਕੰਨ ਦੁਖਣ ਲੱਗ ਪਿਆ। ਅੱਛਾ ਜੀ। ਮੈਂ ਡਾਕਟਰ ਦੇ ਗਿਆ, ਨਾਂ ਨਹੀਂ ਲਵਾਂਗਾ, ਪਰ ਉਹ ਪਾਕਿਸਤਾਨੀ ਪੰਜਾਬੀ ਡਾਕਟਰ ਸੀ, ਹੈ ਬੜਾ ਚੰਗਾ ਡਾਕਟਰ ਸੀ, ਹਸਮੁੱਖ ਤੇ ਗੱਲਾਂ ਬਾਤਾਂ ਬਹੁਤ ਕਰਦਾ ਹੁੰਦਾ ਸੀ ਜੀ। ਉਹ ਮੇਰਾ ਦੁਖੇ ਕੰਨ, ਉਹ ਇੰਨੀਆਂ ਗੱਲਾਂ ਕਰੇ, ਇੰਨੀਆਂ ਗੱਲਾਂ ਕਰੇ ਆਪਣੇ ਪੰਜਾਬੀ ਪਾਕਿਸਤਾਨੀ ਸੀਗਾ ਭਰਾ। ਅੱਛਾ ਜੀ। ਤੇ ਉਹ ਹੈ ਵੀ ਹਾਰਟ ਸਪੈਸ਼ਲਿਸਟ ਸੀ। ਅੱਛਾ ਜੀ। ਅੱਛਾ। ਤੇ ਉਹ ਕੰਨ ਦੀ ਬਜਾਏ ਮੇਰੀ ਅੱਖਾਂ 'ਚ ਦਵਾਈ ਪਾਉਣ ਲੱਗਿਆ। ਅੱਛਾ ਜੀ। ਮੈਂ ਕਿਹਾ ਡਾਕਟਰ ਸਾਹਿਬ ਰੁਕੋ ਇੱਕ ਮਿੰਟ ਰੁਕੋ। ਕਹਿੰਦੇ ਕੀ ਗੱਲ ਹੋਈ? ਮੈਂ ਕਿਹਾ ਮੇਰੀ ਅੱਖ ਨਹੀਂ ਦੁਖਦੀ, ਮੇਰਾ ਤਾਂ ਕੰਨ ਦੁਖਦਾ। ਹਾਂਜੀ। ਤੇ ਉਹ ਅੱਖਾਂ 'ਚ ਪਾਏ ਪਾਉਣ ਲੱਗਿਆ, ਪਰ ਉਹ ਡਾਕਟਰ ਸਾਹਿਬ ਇੰਨੇ ਚੰਗੇ ਸੀਗੇ ਕਿ ਉਹ ਉਹਨਾਂ ਨੇ ਨਾ ਜਦੋਂ ਪੇਪ ਦਾ ਪਹਿਲਾਂ ਸਾਡੇ ਚੰਚਾਈ 'ਚ ਗੁਰਦੁਆਰਾ ਬਣਿਆ ਪੇਪ ਐਵਨਿਊ 'ਤੇ, ਉਹਦੇ ਵਿੱਚ ਉਹਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਨਹੀਂ ਚਲੋ ਚਲੋ, ਜਿਹੜੇ ਡਾਕਟਰ ਨੇ ਉਹਨੇ ਕਿਤੇ ਇਹ ਨਹੀਂ ਕਹਿ ਦਿੱਤਾ ਜੀ ਮੈਂ ਮੇਰਾ ਇਲਾਜ ਕਰਨ ਦਾ ਆਪਣੇ ਤਰੀਕਾ, ਮੈਂ ਅੱਖਾਂ 'ਚ ਦਵਾਈ ਪਾਊਂਗਾ, ਕੰਨ ਤੁਹਾਡਾ ਠੀਕ ਹੋਣਾ। ਉਹ ਤਾਂ ਹੱਸਮੁੱਖ ਮਜ਼ਾਕੀਆ ਵੀ ਬਹੁਤ ਸੀ ਉਹ। ਅੱਛਾ, ਦੁਸਹਿਰੇ ਬਾਰੇ ਧੀਰ ਸਾਹਿਬ ਜ਼ਰੂਰ ਚਾੜਨਾ ਪਾਓ। ਅੱਜ ਕੱਲ੍ਹ ਜਿਹੜਾ ਹੁਣ ਕਿੱਥੇ ਖੜਿਆ, ਇਹ ਕੀ ਲੌਜਿਕ ਜਿਹੜਾ ਹੈਗਾ ਇਹਦੇ ਪਿੱਛੇ ਕੀ ਆ, ਵੀ ਹੁਣ ਤੱਕ ਰਾਵਣ ਫੂਕਣਾ ਚਾਹੀਦਾ ਨਹੀਂ ਚਾਹੀਦਾ, ਜਾਂ ਕੀ ਬੱਚਿਆਂ ਦੀ ਸੋਚ 'ਤੇ ਕੋਈ ਅਸਰ ਪੈਂਦਾ ਨਹੀਂ ਪੈਂਦਾ, ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਜੀ ਦੇਖੋ, ਅਸੀਂ ਛੋਟੇ ਹੁੰਦੇ ਪੱਗ ਦੇ ਵਿੱਚ ਜੌਂ ਟੰਗ ਕੇ ਜਾਂਦੇ ਹੁੰਦੇ ਸੀ ਲੁਧਿਆਣੇ ਮੇਲਾ ਦੇਖਣ ਦੁਸਹਿਰਾ, ਪੱਗ 'ਚ ਬਹੁਤ, ਹਾਂਜੀ ਪੱਗ 'ਚ ਜੌਂ ਟੰਗ ਕੇ, ਹਰੇ ਜੌਂ, ਘਰਦਿਆਂ ਨੇ ਹਰੇ ਜੌਂ ਬੀਜਣੇ ਦੁਸਹਿਰੇ ਤੋਂ ਪਹਿਲਾਂ, ਤੇ ਉਹ ਟੰਗ ਕੇ ਜਾਂਦੇ ਹੁੰਦੇ ਸੀ, ਬਹੁਤ ਰੌਣਕਾਂ ਹੁੰਦੀਆਂ ਸੀ, ਸਭ ਕੁੜੀਆਂ ਭੈਣਾਂ ਮਾਤਾਵਾਂ ਔਰਤਾਂ ਵੀ ਜਾਂਦੀਆਂ ਹੁੰਦੇ ਸੀ। ਅੱਜ ਕੱਲ੍ਹ ਤਾਂ ਜਿਹੜਾ ਇਹ ਜਿਹੜਾ ਮੇਲੇ ਆ ਨਾ ਹੁਣ ਜੀ, ਇਹ ਰਾਜਨੀਤੀ ਬਣ ਗਏ ਨੇ। ਬਿਲਕੁਲ ਜੀ ਬਿਲਕੁਲ। ਉਹਨਾਂ ਜ਼ਮਾਨਿਆਂ ਦੇ ਵਿੱਚ ਗੇਮਾਂ ਹੁੰਦੀਆਂ ਸੀ, ਬੜਾ ਕੁਛ ਹੁੰਦਾ ਸੀ, ਤੇ ਸ਼ਾਂਤੀ ਵਾਲਾ ਮਾਹੌਲ ਹੁੰਦਾ ਸੀ, ਤੇ ਹੁਣ ਰਾਜਨੀਤੀ ਬਣ ਗਈ ਹੈ ਇਹਨਾਂ ਦੇ ਵਿੱਚ ਜ਼ਿਆਦਾ। ਮੇਰੇ ਖਿਆਲ ਦੇ ਵਿੱਚ ਮੈਂ ਰਾਵਣ ਨੂੰ ਫੂਕਣ ਦੇ ਹੱਕ ਵਿੱਚ ਨਹੀਂ ਹੈਗਾ। ਨਹੀਂ ਤੀਰ ਸਾਹਿਬ, ਜੌਆਂ ਦਾ ਕੀ ਕਨਸੈਪਟ ਸੀ, ਜੌਆਂ ਜਿਹੜੇ ਪੱਗ 'ਚ ਬੰਨਦੇ ਸੀ ਉਹਦਾ ਕੀ ਕਾਰਨ ਸੀ? ਜੌਆਂ ਦਾ ਮਤਲਬ ਮੇਰੇ ਖਿਆਲ ਤਾਂ ਇਹ ਸੀਗਾ ਵੀ ਤੁਹਾਡੀ ਜ਼ਿੰਦਗੀ ਹਰੀ ਭਰੀ ਰਹੇ ਤੇ ਖੁਸ਼ੀਆਂ ਵਾਲਾ ਮਾਹੌਲ ਹੋਵੇ, ਤੇ ਤੁਸੀਂ ਸਹੀ ਸਲਾਮਤ ਹੋਵੋ, ਸਾਰੇ ਸ਼ਾਂਤੀ ਰਹੇ, ਇਹਦਾ ਮਤਲਬ ਮੈਨੂੰ ਤਾਂ ਲੱਗਦਾ ਹੀ ਹੁੰਦਾ ਸੀ ਜੀ। ਚਲੋ ਹਾਂਜੀ, ਮਿਹਰਬਾਨੀ। ਬਾਕੀ ਦੇਖੋ, ਜਿਹੜਾ ਰਾਵਣ ਸੀ ਉਹ ਬਹੁਤ ਵਿਦਵਾਨ, ਉਹ ਚਾਰੇ ਵੇਦ, ਰਿਗਵੇਦ, ਸ਼ਾਮਵੇਦ, ਅਥੁਰਵੇਦ ਔਰ ਯਜੁਰਵੇਦ, ਸਾਰੇ ਵੇਦਾਂ ਦਾ ਉਹ ਗਿਆਨ ਹਾਸਲ ਸੀ, ਬੜਾ ਤਕੜਾ, ਬਹੁਤ ਵੱਡਾ ਪੰਡਿਤ ਸੀ। ਤੇ ਉਹਨੇ ਤਾਂ ਦੇਖੋ ਜੀ, ਸੀਤਾ ਮਾਤਾ ਨੂੰ ਆਪਣੇ ਬਾਗ ਦੇ ਵਿੱਚ ਬੜੇ ਸ਼ਾਨਦਾਰ ਤਰੀਕੇ ਨਾਲ ਰੱਖਿਆ, ਕੋਈ ਜਬਰ ਜਨਾਹ ਨਹੀਂ ਉਹਦੇ ਨਾਲ ਕੀਤਾ। ਜੇ ਤੁਸੀਂ ਅੱਜ ਦੇਖੋ, ਅੱਜ ਦੁਨੀਆਂ ਦੇ ਵਿੱਚ ਇਕੱਲੇ ਇੰਡੀਆ 'ਚ ਨੀ, ਕਰੋੜਾਂ ਛੋਟੀ ਛੋਟੀਆਂ ਬੱਤੀਆਂ ਦੇ ਨਾਲ ਵੀ ਜਬਰ ਜਨਾਹ ਹੁੰਦੇ ਨੇ, ਫਿਰ ਕਤਲ ਕਰ ਦਿੰਦੇ ਨੇ। ਬਿਲਕੁਲ ਜੀ ਬਿਲਕੁਲ। ਇੱਕ ਮਤਲਬ ਬਣਿਆ ਹੋਇਆ ਚੱਲੀ ਆਉਂਦਾ ਕਰਕੇ ਕਰੀ ਕੁਰੀ ਜਾਂਦੇ, ਵੈਸੇ ਇਹਦਾ ਕੋਈ ਮੇਰੇ ਖਿਆਲ ਬੜਾ ਮਤਲਬ ਤਾਂ ਹੈ ਨੀ, ਕੋਈ ਲੋਕਾਂ ਤੇ ਕੋਈ ਅਸਰ ਨੀ ਪੈਂਦਾ, ਪੋਲੀਟੀਸ਼ੀਅਨ ਆਪਣੀ ਰਾਜਨੀਤੀ ਖੇਡਦੇ ਨੇ ਤੇ ਧਰਮ ਦਾ ਸਹਾਰਾ ਲੈ ਕੇ ਵੋਟਾਂ ਲੈਂਦੇ ਨੇ, ਤੇ ਇਹਨਾਂ ਲੋਕਾਂ ਨੂੰ ਕਿਸੇ ਹੋਰ ਤਰੀਕੇ ਨਾਲ ਦੁਸਹਿਰਾ ਮਨਾਉਣਾ ਚਾਹੀਦਾ, ਪੋਲੂਸ਼ਨ ਕ੍ਰੀਏਟ ਹੁੰਦਾ, ਤੇ ਇਹਦੇ ਬਾਰੇ ਵੀ ਸੁਪਰੀਮ ਕੋਰਟ ਨੂੰ ਕੁਛ ਆਉਣ ਵਾਲੇ ਸਾਲਾਂ ਦੇ ਵਿੱਚ ਕੁਛ ਸੋਚਣਾ ਸ਼ੁਰੂ ਹੋਇਆ ਵੀ ਸ਼ੁਰੂ ਹੋਇਆ ਜੀ ਸ਼ੁਰੂ ਹੋਇਆ ਬਹੁਤ ਮਿਹਰਬਾਨੀ ਧੀਰ ਸਾਹਿਬ, ਸ਼ੁਰੂ ਹੋ ਗਿਆ ਹੈ ਕੋਰਟ ਨੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਰ ਗਿਆਨ ਸਿੰਘ ਜੀ। ਹਾਂਜੀ ਹਾਂਜੀ ਜੀ, ਬਸ ਮੈਂ ਤਾਂ ਇੱਕ ਥੋੜੀ ਜਿਹੀ ਗੱਲ ਕਰਨੀ ਆ, ਜੇ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ। ਇਹ ਤਿਉਹਾਰ ਅਸੀਂ ਮੰਨਦੇ ਆ, ਚਲੋ ਹਰ ਮਜ਼ਹਬਾਂ ਦੇ ਆਪਣੇ ਤਿਉਹਾਰ ਹੈਗੇ ਆ, ਅਸੀਂ ਕਿਸੇ ਦੇ ਕ੍ਰਿਟੀਸਾਈਜ਼ ਨਹੀਂ ਕਰਦੇ ਵੀ ਕਿਉਂ ਕਰਦੇ ਕਿਉਂ ਠੀਕ ਨਹੀਂ। ਇੱਕ ਚੀਜ਼ ਆ ਬਈ, ਤਿਉਹਾਰ ਨੂੰ ਜੇ ਅਸੀਂ ਨਾ ਥੋੜੇ ਖਰਚੇ ਨਾਲ ਮਨਾ ਲਈਏ ਤੇ ਗਲਤ ਫੇਰ ਵੀ ਉਹੀ ਆ।
ਤੇ ਜੇ ਅਸੀਂ ਬਹੁਤ ਅਰਬਾਂ ਕਰੋੜਾਂ ਰੁਪਈਏ ਤਬਾਹ ਕਰ ਦਈਏ ਤੇ ਉਹ ਕੁਛ ਆਪਣੇ ਮੁਲਕ ਲਈ ਮਾੜੀ ਗੱਲ ਆ ਇਸ ਵੇਲੇ ਜੋ ਆਪਣੇ ਮੁਲਕ ਦੀ ਹਾਲਤ ਹੈ। ਇਹਦੇ ਚੋਂ ਇਹ ਹੈ ਜੀ ਜਿੰਨੇ ਦਾ ਰਾਵਣ ਬਣਿਆ ਜਾਂ ਉਹ ਉਨੇ ਦਾ ਤਾਂ ਬਣਿਆ ਹੀ ਬਣਿਆ, ਬਾਅਦ ਦੇ ਵਿੱਚ ਜਿਹੜਾ ਮੁੜ ਕੇ ਉਹ ਬਿੱਲ ਦੇ ਵਿੱਚ ਜ਼ਿਆਦਾ ਮਹਿੰਗਾ ਕਰ ਦਿੰਦੇ ਰਾਵਣ। ਹਾਂਜੀ ਹਾਂ, ਹੁਣ ਦੇਖੋ ਨਾ, ਹੁਣ ਤੇ ਇੱਕ ਮਿੰਟ ਮੈਂ ਗੱਲ ਪੂਰੀ ਕਰਨ ਲੱਗਾ। ਹੁਣ ਦੇਖੋ ਨਾ ਆਪਣਾ ਸਭ ਤੋਂ, ਹੈਲੋ ਜੀ 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 ਆ ਰਹੀ ਆਵਾਜ਼ ਤੁਹਾਡੀ। ਹਾਂ ਹਾਂ, ਪੰਜਾਬ ਤੇ ਹਰਿਆਣੇ ਵਿੱਚੋਂ ਚੰਡੀਗੜ੍ਹ ਸਭ ਤੋਂ ਵਧੀਆ ਸ਼ਹਿਰ ਆ ਤੇ ਵਧੀਆ ਸਿਆਣੇ ਲੋਕ ਆ ਉੱਥੇ ਦੇ, ਸਭ ਤੋਂ ਸੋਚਾਂ ਵਾਲੇ ਲੋਕ, ਠੀਕ ਨਹੀਂ ਜੀ? ਪਰ ਐਤਕੀ ਉਹਨਾਂ ਨੰਬਰ ਲਿਆ ਜੀ, ਅਸੀਂ ਸਭ ਤੋਂ ਉੱਚਾ ਬਣਾਇਆ ਰਾਵਣ। ਹਾਂਜੀ ਦੇਖੋ ਨਾ ਬਈ ਆਪਾਂ ਕਿਹਨੂੰ ਚੰਗਾ ਗਿਣੀਏ, ਵੀ ਸਿਆਣਿਆਂ ਨੂੰ ਕਿ ਦੂਜਿਆਂ ਬੰਦਿਆਂ ਨੂੰ, ਠੀਕ ਨਹੀਂ? ਬਈ ਮੈਂ ਤਾਂ ਇਹ ਆਪਣੀ ਰਾਏ ਆਪਣੀ ਆਪਣੀ ਆ, ਮੈਂ ਕਹਿੰਦਾ ਵੀ ਤਿਉਹਾਰ ਸਾਰੇ ਹੀ ਮਨਾਵੋ, ਹਰ ਆਪਣੇ ਆਪਣੇ ਮਜ਼ਹਬਾਂ ਦੇ ਹਿਸਾਬ ਨਾਲ ਮਨਾਵੋ, ਵੀ ਖਰਚੇ ਘਟਾਓ ਹੈ। ਤੇ ਜਿਹੜਾ ਕਰੋੜਾਂ ਅਰਬਾਂ ਰੁਪਈਏ ਤੇ ਆਪਾਂ ਜਾਲਦੇ ਨੇ, ਹੁਣ ਉਹ ਵਿਚਾਰੇ ਜ਼ਿਮੀਦਾਰ ਉਹ ਪਰਾਲੀ ਸਾੜਦੇ ਤਾਂ ਉੱਥੇ ਕਿੰਨੇ ਲਾਤੇ ਉਹਨਾਂ ਨੂੰ ਚੈੱਕ ਕਰ ਵਾਲੇ, ਤੇ ਇਹਦਾ ਪੋਲੂਸ਼ਨ ਕਿੰਨਾ, ਇਹ ਨੀ ਹਿਸਾਬ ਲੱਗਦਾ? ਇਹ ਹੋ ਜਾਏਗਾ ਠੀਕ ਆਉਣ ਵਾਲੇ ਸਾਲਾਂ ਚ ਹੋ ਜਾਏਗਾ ਠੀਕ ਕਾਫੀ। ਹਾਂ ਠੀਕ ਨਹੀਂ? ਤੇ ਸੋ ਆਪਣੇ ਆਪਣੀ ਰਾਏ ਆ, ਤਿਉਹਾਰ ਮਨਾਉਣੇ ਮਨਾਓ, ਸਮੇਂ ਸਮੇਂ ਦੀ ਗੱਲ ਆ। ਜਦੋਂ ਪੁਰਾਣੇ ਜ਼ਮਾਨੇ ਦੀ ਆਪਾਂ ਗੱਲ ਕਰਦੇ ਹਾਂ ਸਾਡੇ ਮੈਂ, ਉਦੋਂ ਇੰਟਰਟੇਨਮੈਂਟ ਸੀਗੀ ਕੋਈ ਨੀ ਜੀ, ਬਿਲਕੁਲ ਹੈ, ਇੱਕ ਮੇਲਿਆਂ ਦੇ ਲੋਕਾਂ ਨੇ ਸੜਕੀਆਂ ਹੁੰਦੀਆਂ ਸੀਗੀਆਂ, ਇੱਥੇ ਤਾਂ ਰੋਜ਼ ਆਪਣੇ ਜੇਬਾਂ 'ਚ ਇੰਟਰਟੇਨਮੈਂਟ ਪਾਈ ਆ, ਨਿਆਣੇ ਚੱਕੀ ਫਿਰ ਇੰਟਰਟੇਨਮੈਂਟ ਜਿੰਨੀ ਮਰਜ਼ੀ ਦੇਖੀ ਜਾਓ ਇਹਨਾਂ ਦੇ, ਹੈ ਨਾ? ਇਹਨਾਂ ਦੀ ਇਹ ਨਿਆਣੇ ਥੋੜ੍ਹੀ ਬਹੁਤੀ ਪਰਵਾਹ ਕਰਦੇ ਆ, ਠੀਕ ਨਹੀਂ? ਚਲੋ ਮਿਹਰਬਾਨੀ ਜੀ, ਬਾਕੀ ਸਾਨੂੰ ਸਿਆਣਿਆਂ ਨੂੰ ਚਾਹੀਦਾ ਆ ਵੀ ਖਰਚੇ ਘਟਾਓ ਤੇ ਤਿਉਹਾਰ ਸਾਰੇ ਮਨਾ ਲਓ ਜੀ। ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ। ਅਤੇ ਬ੍ਰੇਕ ਤੋਂ ਬਾਅਦ ਹੋਰ ਕਾਲਾਂ ਲਵਾਂਗੇ, ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਫਿਰ ਜਿਹੜੀ ਇੱਕ ਅਨਾਊਂਸਮੈਂਟ ਹੈਗੀ ਮੈਂ ਫਿਰ ਤੁਹਾਨੂੰ ਦੱਸ ਦੇਵਾਂ। ਫਰੈਜ਼ਨੋ ਦੇ ਖਾਸ ਤੌਰ 'ਤੇ ਇਲਾਕਾ ਨਿਵਾਸੀਆਂ ਵਾਸਤੇ ਵੀ ਬੜੀ ਚੰਗੀ ਗੱਲ ਹੈਗੀ ਆ ਕਿ ਇੰਡੀਅਨ ਮਾਰਕੀਟ ਹੈ, ਸਾਨੂੰ ਇਹ ਅਨਾਊਂਸਮੈਂਟ ਕਰਨ ਵਾਸਤੇ ਕਿਹਾ ਗਿਆ, ਉਹ ਕਿਉਂਕਿ ਅਸੀਂ ਉੱਥੇ ਪ੍ਰੋਗਰਾਮ ਲਾਈਵ ਕਰਨਾ ਹੈਗਾ ਇਹ 12 ਅਕਤੂਬਰ ਨੂੰ ਸ਼ਨੀਵਾਰ ਨੂੰ ਤਕਰੀਬਨ ਦੁਪਹਿਰੇ ਪ੍ਰੋਗਰਾਮ ਜਿਹੜਾ ਉਹ 1 ਵਜੇ ਲਾਈਵ ਕਰਨਾ। ਵੈਸੇ ਅਸੀਂ ਉੱਥੇ 10-11 ਵਜੇ ਪਹੁੰਚ ਜਾਣਾ ਵਾ, ਅਤੇ ਸਵੇਰ ਤੋਂ ਹੀ ਉਹ ਜਿਹੜੀ ਗ੍ਰੈਂਡ ਓਪਨਿੰਗ ਹੈਗੀ ਆ ਇੰਡੀਅਨ ਮਾਰਕੀਟ ਦੀ, ਸਵੇਰ ਤੋਂ ਸ਼ੁਰੂ ਹੋਣੀ ਆ। ਸਮਾਨ ਵੀ ਸਸਤਾ ਹੋਏਗਾ, ਹਰ ਤਰ੍ਹਾਂ ਦਾ ਸਮਾਨ ਉੱਥੇ ਹੈਗਾ, ਪੰਜਾਬ ਦਾ ਹਰ ਤਰ੍ਹਾਂ ਦਾ ਸਮਾਨ ਹੈ, ਗਰੋਸਰੀ ਹਰ ਤਰ੍ਹਾਂ ਦੀ ਹੈਗੀ, ਖਾਣਾ ਹਰ ਤਰ੍ਹਾਂ ਦਾ ਹੈਗਾ। ਸੋ 12 ਅਕਤੂਬਰ ਦਿਨ ਸ਼ਨੀਵਾਰ ਨੂੰ ਇੰਡੀਅਨ ਮਾਰਕੀਟ ਇਹ ਹੈਗੀ ਆ 2811 ਵੈਸਟ ਕਲਿੰਟਨ ਐਵੀਨਿਊ 'ਤੇ। ਸੋ ਉੱਥੇ ਤੁਹਾਡੇ ਦਰਸ਼ਨ ਮੇਲੇ ਕਰਾਂਗੇ, ਜਿੰਨੇ ਵੀ ਉੱਥੇ ਆਏ ਸਾਡੇ ਪੰਜਾਬੀ ਜ਼ਰੂਰ ਉਹਨਾਂ ਨਾਲ ਸ਼ੁਗਰ ਮੇਲਾ ਬਿਕਰ ਬਾਦਸ਼ਾਹ ਜਿਹੜਾ ਉਹ ਕਰੇਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ, ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਜੀ ਕਿ ਕੀ ਵਿਚਾਰ ਪੇਸ਼ ਕਰਨੇ ਚਾਹੁੰਦੇ ਹੋ ਅੱਜ ਕੱਲ੍ਹ ਦੁਸਹਿਰੇ ਦੇ ਮੇਲੇ 'ਤੇ? ਹਾਂਜੀ ਮੈਨੂੰ ਤੇ ਅੱਜ ਦਾ ਤੇ ਪਤਾ ਨਹੀਂ ਗਾ, ਆਪਾਂ ਨੂੰ ਪਹਿਲਾਂ ਦਾ ਪਤਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਉਦੋਂ ਤਾਂ ਬੜੇ ਮਜ਼ੇ ਹੁੰਦੇ ਸੀਗੇ ਜੀ ਮੇਲਾ ਦੇਖਣ ਦਾ ਚਾਹ ਹੁੰਦਾ ਸੀ, ਕਿਉਂਕਿ ਪਤਾ ਕੀ ਹੈ ਜਿਵੇਂ ਉਹ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਐਂਟਰਟੇਨਮੈਂਟ ਜਿਹੜੀ ਸਾਡੀ ਸੀਗੀ ਨਾ ਉਹ ਇਸ ਤਰ੍ਹਾਂ ਹੀ ਹੁੰਦੀ ਸੀਗੀ ਜੀ। ਹਾਂਜੀ ਤੇ ਛੋਟੇ ਛੋਟੇ ਹੁੰਦੇ ਕਿਉਂਕਿ ਫਿਰ ਅਸੀਂ ਜਾਂਦੇ ਰਾਮਲੀਲਾ ਦੇਖਣ, ਤਕਰੀਬਨ ਜਿਹੜੇ ਸਾਰੇ ਸੀਨ ਆ ਨਾ ਉਹ ਰਾਮਲੀਲਾ ਦੇ ਦੇਖੇ ਆ, ਉਦੋਂ ਰਮਾਇਣ ਦਾ ਨਹੀਂ ਸੀ ਪਤਾ ਹੁੰਦਾ ਵੀ ਇਹ ਰਮਾਇਣ ਦੇ ਆ ਜਾਂ ਕਾਹਦੇ ਹੈਗੇ ਆ। ਤੇ ਦੁਸਹਿਰੇ ਵਾਲੇ ਦਿਨ ਸਾਡੀ ਮਾਂ ਨੇ ਸੁਬਹਾ ਉੱਠ ਕੇ ਚੌਲ ਬਣਾਉਣੇ ਤੇ ਪਹਿਲੇ ਨਰਾਤੇ ਨੂੰ ਨਾ ਤੌੜੇ ਦੇ ਆਲੇ ਦੁਆਲੇ ਮਿੱਟੀ ਮਤਲਬ ਰੇਤਾ ਰੱਖ ਕੇ ਤੇ ਉਹਦੇ ਵਿੱਚ ਜੌਂ ਬੀਜ ਦਿੰਦੇ ਹੁੰਦੇ ਸੀਗੇ ਤੇ ਫਿਰ ਉਹਨੂੰ ਪਾਣੀ ਦੇਣਾ, ਜੌਂ ਦੇਖਣੇ ਵੀ ਬੜੇ ਸੋਹਣੇ ਹੋ ਰਹੇ ਆ ਤੇ ਉਹਦੇ ਨਾਲ ਵੀ ਘਰ ਦੇ ਵਿੱਚ ਮਤਲਬ ਚੰਗੀ ਖੁਸ਼ੀ ਦਾ ਮਾਹੌਲ ਹੁੰਦਾ ਸੀਗਾ ਕਿ ਸਾਡੀ ਇਹ ਮਤਲਬ ਚੰਗੀ ਧਾਰਨਾ ਜਾਂ ਜਿਵੇਂ ਵੀ ਕਹਿ ਲਓ। ਤੇ ਫਿਰ ਦੁਸਹਿਰੇ ਵਾਲੇ ਦਿਨ ਚੌਲ ਬਣਾ ਕੇ ਤੇ ਉਹ ਨਾ ਖੰਬਣੀ ਜੀ ਵਲੇਟ ਕੇ ਜਿੰਨੇ ਸਾਡੇ ਭਰਾ ਹੁੰਦੇ ਸੀ ਨਾ ਉਹਨਾਂ ਦੇ ਪੱਗਾਂ ਦੇ ਉੱਤੇ ਉਹ ਜੌਂ ਟੰਗਦੇ ਹੁੰਦੇ ਸੀਗੇ। ਕੀ ਬਾਤ ਹੈ ਜੀ। ਹਾਂਜੀ ਤੇ ਫਿਰ ਦੁਸਹਿਰੇ ਵਾਲੇ ਦਿਨ ਹੀ ਤੇ ਉਹ 8-10 ਨਾ ਛੋਟੀਆਂ ਛੋਟੀਆਂ ਜਿਵੇਂ ਪਾਥੀਆਂ ਨੀ ਪਥੁਲੀਆਂ ਉਹਨੂੰ ਕਹਿੰਦੇ ਹੁੰਦੇ ਸੀ, ਨਿੱਕੀਆਂ ਨਿੱਕੀਆਂ ਸਾਡੀ ਮਾਂ ਨੇ ਬਣਾਉਣੀਆਂ ਤੇ ਉਹ ਫਿਰ ਦੀਵਾਲੀ ਵਾਲੇ ਦਿਨ ਉਹਨਾਂ ਨੂੰ ਬਾਲਣਾ। ਅੱਛਾ ਜੀ ਵਾਹ।
ਹਾਂਜੀ ਤੇ ਸਾਰੀ ਹੁਣ ਐ ਲੱਗਦਾ ਵੀ ਸਾਨੂੰ ਉਂਝ ਤਾਂ ਹੁਣ ਆਪਣੇ ਘਰਾਂ ਦੇ ਵਿੱਚ ਪਾਠ ਹੁੰਦਾ ਸੀਗਾ, ਪਾਠ ਵੀ ਆਪਾਂ ਨਿੱਕੇ ਹੁੰਦਿਆਂ ਨੂੰ ਤੇ ਕੋਈ ਪਤਾ ਹੀ ਨਹੀਂ ਸੀ ਹੁੰਦਾ ਕਾਸੇ ਦਾ, ਤੇ ਰਮਾਇਣ ਬਾਰੇ ਹੁਣ ਇਹ ਪਤਾ ਵੀ ਸਾਨੂੰ ਰਮਾਇਣ ਬਾਰੇ ਪਤਾ ਲੱਗਦਾ ਏ ਕੁਛ ਜੇ ਅਸੀਂ ਦੇਖਦੇ ਆ ਕੋਈ ਸੀਨ ਜੀ। ਬਿਲਕੁਲ ਜੀ ਬਿਲਕੁਲ। ਤੇ ਬਸ ਜਾਂਦੇ ਸੀਗੇ ਦੁਸਹਿਰੇ ਦਾ ਵੀ ਤੇ ਦੇਖ ਕੇ ਆ ਜਾਂਦੇ ਸੀ, ਉਹ ਘਰਦਿਆਂ ਨੇ ਕਹਿਣਾ ਪਹਿਲਾਂ ਮਤਲਬ ਜ਼ਿਆਦਾ ਨੇੜੇ ਨਾ ਜਾਇਓ, ਵਿੱਚ ਪਤਾ ਨਹੀਂ ਸੀ ਕੀ ਹੁੰਦਾ, ਦੂਰ ਖੜ ਕੇ ਉਹ ਸਾਡੇ ਚੁਆਰੇ ਆਲੇ ਦੁਆਲੇ ਜੈਤੋ ਦੇ ਆਲੇ ਦੁਆਲੇ ਘਰ ਹੁੰਦੇ ਸੀਗੇ ਤੇ ਹਰੇਕ ਦੇ ਘਰੇ ਜਿਹੜੇ ਸੀ ਨਾ ਲੇਡੀਜ਼ ਉੱਥੇ ਹੁੰਦੀਆਂ ਸੀਗੀਆਂ ਤੇ ਬੰਦੇ ਤੇ ਜਿਹੜੇ ਮੁੰਡੇ ਹੁੰਦੇ ਸੀਗੇ ਉਹ ਚੌਂਕ ਦੇ ਵਿੱਚ ਹੁੰਦੇ ਸੀ, ਲੇਡੀਜ਼ ਨੇ ਸਭ ਦੇ ਆਲੇ ਦੁਆਲੇ ਘਰਾਂ ਦੇ ਵਿੱਚ ਹੋਣਾ ਤੇ ਜਦੋਂ ਅੱਗ ਲਾ ਦੇਣੀ ਤੇ ਉਦੋਂ ਆ ਜਾਣਾ, ਪਿੱਛੋਂ ਕਹਿਣਾ ਅੱਜ ਲੜਾਈ ਹੋ ਗਈ ਉੱਥੇ ਇਹ ਹੋ ਗਿਆ ਮਗਰ ਹੁੰਦੀ। ਹਾਂਜੀ ਤੇ ਚੰਗਾ ਹੀ ਹੁੰਦਾ ਹੈ, ਪਤਾ ਕੀ ਆ ਇਹਦੇ ਵਿੱਚ ਜਿਹੜਾ ਧਰਮ ਕੋਈ ਨਹੀਂ, ਇੱਕ ਮਾਤਾ ਦਾ ਹੁਕਮ ਮੰਨਣਾ ਪਿਓ ਦਾ, ਤੇ ਮਤਲਬ ਇਹੀ ਦਰਸਾਇਆ ਗਿਆ ਕਿ ਪਹਿਲੇ ਗੁਰੂ ਸਾਡੇ ਮਾਂ ਬਾਪ ਹੀ ਆ। ਜੀ ਜੀ ਜੀ। ਨਹੀਂ ਇਹਨਾਂ ਨੇ ਵੀ ਅਗਰ ਰਾਮਚੰਦਰ ਦੀ ਗੱਲ ਕਰੀਏ, ਅਗਰ ਰਮਾਇਣ ਦੀ ਗੱਲ ਕਰੀਏ ਤਾਂ ਜਦੋਂ ਰਾਵਣ ਮਰ ਰਿਹਾ ਸੀਗਾ, ਰਾਵਣ ਮਰ ਰਿਹਾ ਸੀ ਤਾਂ ਰਾਮਚੰਦਰ ਨੇ ਲਕਸ਼ਮਣ ਨੂੰ ਕਿਹਾ ਵੀ ਇੱਕ ਮਹਾਨ ਜਿਹੜਾ ਬੰਦਾ ਹੈਗਾ, ਮਹਾਨ ਵਿਦਵਾਨ ਮਰ ਰਿਹਾ, ਉਹਦੇ ਕੋਲੋਂ ਜਾ ਕੇ ਕੋਈ ਨਾ ਕੋਈ ਚੰਗੀ ਗੱਲ ਸਿੱਖ ਲੈ। ਉਹ ਲਕਸ਼ਮਣ ਖੜ ਗਿਆ ਸਿਰ ਵਾਲੇ ਪਾਸੇ ਅਤੇ ਰਾਵਣ ਕੁਛ ਬੋਲਿਆ ਨਹੀਂ, ਫਿਰ ਵਾਪਸ ਆਇਆ ਵੀ ਉਹਨੇ ਤਾਂ ਕੁਛ ਦੱਸਿਆ ਨਹੀਂ, ਅਤੇ ਫਿਰ ਰਾਮਚੰਦਰ ਨੇ ਕਿਹਾ ਵੀ ਕਿਸੇ ਮਹਾਨ ਬੰਦੇ ਕੋਲੋਂ ਅਗਰ ਕੋਈ ਗੁਣ ਲੈਣਾ ਸਿਰ ਵਾਲੇ ਪਾਸੇ ਨਹੀਂ, ਉਹਦੇ ਪੈਰਾਂ ਵਾਲੇ ਪਾਸੇ ਖੜ ਕੇ ਫੇਰ ਤੈਨੂੰ ਗੁਣ ਮਿਲੂਗਾ, ਤੇ ਉਹ ਦੱਸ ਕੇ ਗਏ ਸੀ। ਤੇ ਉਂਝ ਵੀ ਪਤਾ ਕੀ ਹੈ ਜੇ ਆਪਾਂ ਕਹੀਏ ਜੀ, ਹਰ ਇੱਕ ਜੀਵ ਜੇ ਆਪਾਂ ਜਾਨਵਰਾਂ ਦੇ ਵਿੱਚ ਵੀ ਲਈਏ ਨਾ, ਜਾਨਵਰਾਂ ਦੇ ਵਿੱਚ ਵੀ ਇੱਕ ਇੱਕ ਗੁਣ ਪਰਮਾਤਮਾ ਨੇ ਪਾਇਆ ਹੋਇਆ ਹੈ। ਜੀ ਜੀ ਜੀ। ਤੇ ਅੱਜ ਕੱਲ ਤਾਂ ਜੇ ਹੁਣ ਘਰ ਘਰ ਹੀ ਰਾਵਣ, ਹੁਣ ਆਪਾਂ ਕੀ ਦੇਖਦੇ ਆ ਆਲੇ ਦੁਆਲੇ ਕੀ ਹੋ ਰਿਹਾ ਹੈਗਾ। ਨਹੀਂ ਰਾਵਣ ਸਗੋਂ ਘਰ ਘਰ ਹੋਣਾ ਚਾਹੀਦਾ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਸਤ ਸੁੰਦਰ ਸਿੰਘ ਜੀ, ਕੀ ਵਿਚਾਰ ਨੇ ਜੀ? ਵਿਚਾਰ ਏਦਾਂ ਵੀ ਜੱਗੀ, ਇਹ ਕੋਈ ਅਛਾਈ ਬੁਰਾਈ ਦੀ ਤਾਂ ਗੱਲ ਨਾ ਸੀ, ਇਹ ਘਰੇਲੂ ਲੜਾਈ ਸੀਗੀ। ਉਹਨੂੰ ਉਹਦੀ ਭੈਣ ਦਾ ਨੱਕ ਵੱਢਿਆ, ਉਸੀ ਤਾਂ ਉਹਨੂੰ ਚੱਕ ਲਿਆ, ਲੜਾਈ ਹੋਈ, ਮਹਾਰਾਜ ਨੇ ਉਹਨੂੰ ਮੁੜ ਕੇ ਜੰਗ ਦੇ ਵਿੱਚ ਮਾਰ ਦਿੱਤਾ। ਇਹ 'ਚ ਅਛਾਈ ਬੁਰਾਈ ਵਾਲੀ ਤਾਂ ਕੋਈ ਗੱਲ ਦਿਸਦੀ, ਪਤਾ ਨਹੀਂ ਕਿੱਦਾਂ ਇਹ ਬੁਰਾਈ ਹੋਈ। ਉਹਦੇ 'ਚ ਬੁਰਾਈ ਤਾਂ ਗਿਣੀ ਜਾਂਦੀ ਜੇ ਉਹਨੇ ਕੋਈ ਬਦਸਲੂਕੀ ਕੀਤੀ ਹੁੰਦੀ, ਫਿਰ ਬੁਰਾਈ ਗਿਣੀ ਜਾਂਦੀ। ਬੁਰਾਈ ਤਾਂ ਪਹਿਲ ਤਾਂ ਹੀ ਨਹੀਂ ਕੀਤੀ, ਪਹਿਲਾਂ ਉਹਦੀ ਭੈਣ ਦਾ ਨੱਕ ਵੱਢਿਆ ਲਕਸ਼ਮਣ ਨੇ, ਉਹਦੇ ਵਿੱਚੋਂ ਚੱਕ ਲਿਆ, ਫਿਰ ਘਰੇਲੂ ਲੜਾਈ ਹੋਈ, ਚਲੋ ਲੜਾਈ ਹੋਈ, ਉਹ ਜਿੱਤ ਗਏ ਮਾਰ ਮੂਰ। ਅੱਜ ਕੱਲ ਜਿਹੜੇ ਹੁਣ ਰਾਵਣ ਫੂਕ ਕੇ ਜਾਂਦੇ ਨੇ, ਇਹਨਾਂ ਦੀ ਕੋਈ ਅਹਿਮੀਅਤ ਹੈ ਜਾਂ ਸਿਰਫ ਸ਼ੁਗਲ ਮੇਲਾ? ਔਰ ਇਕੱਠ ਵੀ ਜ਼ਿਆਦਾ ਨਹੀਂ ਹੁੰਦਾ ਮੈਨੂੰ ਪਤਾ, ਲੀਡਰ ਹੁੰਦੇ ਨੇ, ਲੀਡਰ ਆਪਣੇ ਬੰਦੇ ਉੱਥੇ ਤੀਰ ਮਾਰਦੇ ਨੇ, ਹੁਣ ਤਾਂ ਰਾਵਣ ਵੀ ਮੁੱਕਰ ਜਾਂਦਾ ਵੀ ਮੈਨੂੰ ਉਹੀ ਲੀਡਰ ਤੀਰ ਮਾਰੇ ਜਿਹੜਾ ਆਪ ਸਹੀ ਹੈ। ਅੱਗੇ ਦੇਖੋ ਤੁਸੀਂ ਸਾਡੇ ਛੋਟੇ ਆ, ਜਦ ਅਸੀਂ ਛੋਟੇ ਛੋਟੇ ਸੀ ਤਾਂ ਕਿਤੇ 8-10 ਪਿੰਡਾਂ ਦਾ ਇੱਕ ਦੁਸਹਿਰਾ ਹੁੰਦਾ ਸੀ, ਉੱਥੇ ਇਹ ਰਾਵਣ ਫੂਕਿਆ। ਸਾਡੇ ਪਿੰਡ 25-30 ਪਿੰਡਾਂ ਦਾ ਸਾਡੇ ਪਿੰਡ ਹੁੰਦਾ ਸੀ, ਸਾਡੇ ਵੀ 25-30 ਪਿੰਡਾਂ ਦਾ ਹੁੰਦਾ ਸੀ ਸ਼ਾਹਕੋਟ ਦੇ ਵਿੱਚ। ਅੱਛਾ, ਹੁਣ ਤਾਂ ਸ਼ਹਿਰਾਂ ਦੇ ਵਿੱਚ ਖਰਿਆ 50-50 100-100 ਰਾਵਣ ਫੂਕਿਆ ਜਾਂਦਾ, ਜਲੰਧਰ ਲੁਧਿਆਣਾ ਵਰਗੇ ਸ਼ਹਿਰਾਂ 'ਚ 1000-1000 ਰਾਵਣ ਵੀ ਫੂਕਿਆ ਜਾਂਦਾ। ਪਰ ਇੱਕ ਦੇਖੀ ਅੰਦਾਜ਼ਾ ਲਾਇਓ ਵੀ ਉਹ ਤਾਂ ਕਹਿੰਦੇ ਹਿੰਦੁਸਤਾਨ ਗਰੀਬ ਆ, ਭਾਈ ਜੇ ਸਾਰੇ ਤਿਉਹਾਰਾਂ ਦਾ ਖਰਚਾ ਕਰ ਲਈਏ ਤਾਂ ਮੇਰਾ ਖਿਆਲ ਅਮਰੀਕਾ ਦੇ ਅੱਧ ਦੇ ਬਜਟ ਦੇ ਵਿੱਚ ਤਾਂ ਪਹੁੰਚ ਜਾਊਗਾ। ਪਹੁੰਚ ਜਾਣਾ ਜੀ, ਪਹੁੰਚ ਜਾਣਾ। ਔਰ ਨਹੀਂ ਜੇ ਖਰਚਾ ਕਰਨ ਲਈ ਅੱਧ 'ਚ ਪਹੁੰਚ ਜਾਊਗਾ, ਜੇ ਖਰਚੇ ਗਾਂ ਬਿੱਲ ਜਿਹੜੇ ਜਾਂਦੇ ਨੇ ਸਰਕਾਰਾਂ ਨੂੰ ਉਹ ਦੇਖ ਲਈਏ ਤਾਂ ਕਿਤੇ ਕਿਤੇ ਪਹੁੰਚ ਜਾਣਾ ਮੇਰੇ ਖਿਆਲ ਅਮਰੀਕਾ ਦੇ ਦੇ ਬਰਾਬਰ ਹੀ ਪਹੁੰਚ ਜਾਣਾ। ਕੋਈ ਇਹਦਾ ਲੌਜਿਕ ਤਾਂ ਨਹੀਂ, ਨਾਲੇ ਹੁਣ ਤਾਂ ਰਿਹਾ ਹੀ ਨਹੀਂ। ਅੱਗੇ ਹੁੰਦਾ ਸੀ ਵੀ ਨਿੱਕੇ ਹੁੰਦੇ ਦੇ ਆਪਣੇ ਕੋਲ ਟੀਵੀ ਨਾ ਸੀ ਹੁੰਦਾ, ਕੋਈ ਜਾਣ ਆਉਣ ਦਾ ਸਾਧਨ ਨਾ ਸੀ, ਕੋਈ ਮਨੋਰੰਜਨ ਨਾ ਸੀ, ਇਹ ਕਿਤੇ ਇੱਦਾਂ ਦੇ ਤਿਉਹਾਰ ਹੁੰਦੇ ਸੀ। ਹੁਣ ਤਾਂ ਤੁਹਾਡੇ ਕਹਿਣ ਨੂੰ ਹੱਥ 'ਚ ਤਾਂ ਕਹਿੰਦਾ ਦੁਨੀਆ ਫੜੀ ਫਿਰਦਾ। ਮਿਹਰਬਾਨੀ, ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ। ਸੁਣ ਸੁਣਾਉਣ ਦੀ ਗੱਲ ਆਪਾਂ ਫਿਰ ਕਰਾਂਗੇ, ਫਿਲਹਾਲ ਬ੍ਰੇਕ ਵਾਲੇ ਪਾਸੇ ਇੱਕ ਵਾਰ ਫਿਰ ਜਾਣਾ ਪਏਗਾ। ਬ੍ਰੇਕ ਤੋਂ ਵਾਪਸ ਆ ਕੇ ਕੋਸ਼ਿਸ਼ ਕਰਾਂਗੇ, ਤੁਹਾਡੀਆਂ ਕਾਲਾਂ ਫਲੈਸ਼ ਕਰ ਰਹੀਆਂ ਨੇ, ਕੋਸ਼ਿਸ਼ ਕਰਾਂਗੇ ਸਮਾਂ ਬਚੇ ਤਾਂ ਜ਼ਰੂਰ ਕਾਲਾਂ ਲਵਾਂਗੇ, ਤੁਹਾਡੇ ਵਿਚਾਰ ਜ਼ਰੂਰ ਜਾਣਾਂਗੇ। ਫਿਲਹਾਲ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਆਖਰੀ ਸਮਾਂ ਹੈ, ਇੱਕ ਅੱਧੀ ਕਾਲ ਲੈ ਲੈਣੇ, ਵੈਸੇ ਸਮਾਂ ਤਾਂ ਹੈ ਨਹੀਂ ਸੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਮਨਜੀਤ ਸਿੰਘ ਜੀ? ਹਾਂਜੀ, ਸਾਡੇ ਤਾਂ ਲਾਗੇ ਹੈ ਨਾ ਸ਼ਹਿਰ ਪੈਂਦਾ ਫਗਵਾੜਾ। ਅੱਛਾ, ਕੱਪੜਾ ਮਿਲ 'ਚ ਸਭ ਤੋਂ ਵੱਡਾ ਦੁਸਹਿਰਾ ਲੱਗਦਾ ਹੁੰਦਾ ਜੀ। ਅੱਛਾ ਜੀ, ਦੁਸਹਿਰੇ ਆ ਜਾਂਦਾ ਸੀ, ਜਿਹੜੇ ਕੰਨੇ ਹੁੰਦੇ ਸੀ ਨਵੇਂ, ਉਸ ਟਾਈਮ ਕੰਨੇ ਸੁੱਟਣ ਚਾਹੀਦਾ ਸੀਗਾ ਤੇ ਦੁਸਹਿਰੇ ਤੇ
ਆਪਣੇ ਪਹਿਲਾਂ ਪਹਿਲੀ ਜਿਹੜੀ ਗੰਨੇ ਦੀ ਫਸਲ ਹੁੰਦੀ ਸਾਰੇ ਤੇ ਕਰਦੇ ਹੁੰਦੇ ਸੀ ਵਰਤ ਤੇ, ਹਾਂਜੀ ਸ਼ੁਰੂ ਇੱਥੇ ਹੁੰਦਾ ਸੀ। ਹਾਂਜੀ ਜਾਂ ਇੱਕ ਸਾਡੇ ਦਰਖਾਂ ਲਾਗੇ ਪਿੰਡ ਪੈਂਦਾ ਉੱਥੇ ਇੱਕ ਵਾਰੀ ਦੁਸਹਿਰਾ ਦੇਖਣ ਗਿਆ ਸੀ ਮੈਂ ਆਉਣ ਤੋਂ ਪਹਿਲਾਂ। ਸਾਗ ਵੀ ਹੁਣੇ ਸ਼ੁਰੂ ਹੁੰਦਾ ਮੈਂ ਖਿਆਲ ਸਾਰੇ ਧੀਰੇ ਧੀਰੇ ਪੰਜਾਬ ਚ ਹੁਣ ਤਾਂ ਚਲੋ ਚੱਲੀ ਜਾਂਦਾ। ਇੰਡੀਅਨ ਮਾਰਕੀਟ ਦੀ ਗ੍ਰੈਂਡ ਓਪਨਿੰਗ ਜਿਹੜੀ 12 ਅਕਤੂਬਰ ਨੂੰ ਦਿਨ ਸ਼ਨੀਵਾਰ ਨੂੰ ਹੋ ਰਹੀ ਹੈ ਔਰ ਦੁਪਹਿਰੇ ਅਸੀਂ 1 ਤੋਂ 2 ਉੱਥੋਂ ਪ੍ਰੋਗਰਾਮ ਲਾਈਵ ਵੀ ਕਰਾਂਗੇ। ਬਿਕਰ ਬਾਦਸ਼ਾਹ ਉੱਥੇ ਜਾਊਗਾ ਅਤੇ ਗ੍ਰੈਂਡ ਓਪਨਿੰਗ ਜਿਹੜੀ ਸਵੇਰ ਤੋਂ ਸ਼ੁਰੂ ਹੋ ਜਾਣੀ ਹੈ ਅਤੇ ਸਮਾਨ ਉੱਥੇ ਸਸਤਾ, ਹਰ ਤਰ੍ਹਾਂ ਦਾ ਸਮਾਨ ਹੈਗਾ, ਹਰ ਤਰ੍ਹਾਂ ਦੀ ਗਰੋਸਰੀ, ਖਾਣਾ, ਮਠਿਆਈਆਂ ਅਤੇ ਹਰ ਤਰ੍ਹਾਂ ਦਾ ਕੱਪੜਾ ਲੱਤਾ ਜੋ ਹੁੰਦਾ, ਜੁੱਤੀ, ਪੰਜਾਬ ਜਾਗੋ, ਸ਼ੇਰਵਾਨੀ, ਸਾਰਾ ਕੁਛ ਉੱਥੇ ਹੈਗਾ। ਅਤੇ ਸੋਹਣ ਸਿੰਘ ਹੁਣਾਂ ਨੇ ਇਹ ਗ੍ਰੈਂਡ ਓਪਨਿੰਗ ਰੱਖੀ ਆ ਇਹਦੀ ਅਤੇ ਸਾਰੇ ਜਣੇ ਉੱਥੇ ਪਹੁੰਚੋ 12 ਅਕਤੂਬਰ ਦਿਨ ਸ਼ਨੀਵਾਰ ਨੂੰ ਆਪਾਂ 10-11 ਵਜੇ ਅਸੀਂ ਉੱਥੇ ਪਹੁੰਚ ਜਾਣਾ। ਤੁਸੀਂ ਵੀ ਪਹੁੰਚੋ ਉੱਥੇ, ਨਾਲੇ ਗੱਲਾਂ ਬਾਤਾਂ ਕਰਾਂਗੇ, ਨਾਲੇ ਸ਼ੁਗਰ ਮੇਲਾ ਕਰਾਂਗੇ ਅਤੇ ਨਾਲੇ ਚਲੋ ਉੱਥੇ ਮੇਰੇ ਖਿਆਲ ਭਟੂਰੇ ਭਟਾਰੇ ਵੀ ਉਦਣ ਸਸਤੇ ਹੋਣਗੇ, ਕੁਛ ਜਾਂ ਫ੍ਰੀ ਹੋਣਗੇ ਤਾਂ ਉਹ ਵੀ ਦੇਖ ਲਾਂ ਕੀ ਹੈਗਾ ਕੀ ਨਹੀਂ ਹੈਗਾ। ਸੋ 2811 ਵੈਸਟ ਕਲਿੰਟਨ ਐਵੀਨਿਊ ਫਰੇਜ਼ਨੋ ਦੇ ਵਿੱਚ ਇੰਡੀਅਨ ਮਾਰਕੀਟ ਦੀ ਗ੍ਰੈਂਡ ਓਪਨਿੰਗ 12 ਅਕਤੂਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ ਤੱਕ ਓਪਨਿੰਗ ਹੀ ਓਪਨਿੰਗ ਹੋਏਗੀ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਉੱਤੇ ਵੀ ਗੱਲਬਾਤ ਕਰ ਸਕਦੇ ਹੋ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62। ਉੱਤੇ ਵੀ ਕੋਈ ਸੁੱਖ ਸੁਨੇਹਾ, ਗੱਲਬਾਤ ਸਾਂਝਾ ਕਰਨਾ, ਦਿੱਤੀਆਂ ਗੱਲਾਂ ਸਾਂਝੀਆਂ ਕਰਨੀਆਂ, ਉੱਤੇ ਵੀ ਕਰ ਸਕਦੇ ਹੋ। ਅਖੀਰ ਦੇ ਵਿੱਚ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਨਾਲ ਨਾਲ ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।